ਜਨਮ ਜਨਮ ਕੀ ਆਸ ਸਹਿਜੋ ਪਾਇਓ ਭਾਵ ਤੋਂ ਸਤ ਸੰਗਤ ਮੈਂ ਪਾਸ। ਤੀਜੇ ਚੌਥੇ ਨਾ ਕਰੇ ਬਾਰ ਬਾਰ ਕਰ ਜਾਏ, ਜਾ ਮੈਂ ਬਿਲਮ ਨਾ ਕੀਜੀਏ, ਕਹੇ ਕਬੀਰ ਸਮਝਾਏ। ਬਾਰ ਬਾਰ ਨਾ ਕਰ ਸਕੇ ਪੱਖ ਪੱਖ ਕਰ ਜਾਏ, ਕਬੀਰ ਕਹਿਤਾ ਦਾਸ ਕਾ ਜਨਮ ਸਫਲ ਹੋ ਜਾਏ। ਪੱਖ ਪੱਖ ਨਹੀਂ ਕਰ ਸਕੇ ਮਾਸ ਮਾਸ ਕਰ ਜਾਏ, ਜਾ ਮੈਂ ਦੇਰ ਨਾ ਕੀਜੀਏ, ਕਹੇ ਕਬੀਰ ਸਮਝਾਏ। ਮਾਸ ਮਾਸ ਨਹੀਂ ਕਰ ਸਕੇ ਛਟੇ ਮਾਸ ਅਲਬਤ, ਯਾ ਮੈਂ ਢੀਲ ਨਾ ਕੀਜੀਏ, ਕਹੇ ਕਬੀਰ ਅਲਬਤ। ਛਟੇ ਮਾਸ ਨਹੀਂ ਕਰ ਸਕੇ ਬਰਸ ਦਿਨਾ ਕਰ ਲੇ, ਕਹੇ ਕਬੀਰ ਤਾਂ ਦਾਸ ਜਾਨ ਜਮੇ ਚੁਣੌਤੀ ਦੇ। ਬਰਸ ਦਿਨਾ ਨਹੀਂ ਕਰ ਸਕੇ ਤਾਂ ਕੋ ਲਾਗੇ ਦੁੱਖ, ਕਹੇ ਕਬੀਰ ਬੋ ਜੀਵ ਸੋ ਕਬਹੁ ਨਾ ਪਾਵੇ ਮੋਖ, ਕਹੇ ਕਬੀਰ ਬੋ ਜੀਵ ਸੋ ਕਬਹੁ ਨਾ ਪਾਵੇ ਮੋਖ। ਸੀਸ ਚੁਕਾਈਏ ਉਸ ਨੂੰ ਜਿਸ ਨੂੰ ਦੋ ਜਗ ਸੀਸ ਨਵਾਏ,
ਜਿਸ ਦੇ ਦਰ ਤੇ ਆਇਆ ਹੋਇਆ ਪੱਥਰ ਮੋਮ ਹੋ ਜਾਂਦੇ। ਸਾਰੇ ਜੱਗ ਵਿੱਚ ਫਿਰ ਕੇ ਮੈਂ ਪੀ ਢੂੰਡੀ ਦੁਨੀਆ ਸਾਰੀ ਐ ਪਰ ਤੇਰੇ ਵਾਂਗ ਕਿਸੇ ਦੀ ਸੂਰਤ ਨਹੀਂ ਓ ਪਿਆਰੀ। ਸੱਜਣਾ ਤੇਰੇ ਸੋਹਣੇ ਮੁਖ ਤੋਂ ਜਾਨ ਕਰਾਂ ਕੁਰਬਾਨੀ ਢੂੰਡ ਥੱਕਾ ਮੈਂ ਸਾਰੇ ਜੱਗ ਵਿੱਚ ਹੋਰ ਨਾ ਤੇਰਾ ਆਸਾਨੀ। ਅੱਖ ਤੇਰੀ ਨੇ ਬਾਦਸ਼ਾਹ ਨੂੰ ਆਪਣੇ ਪੇਸ਼ ਨਵਾਇਆ ਚੰਗਿਆ ਪਲਿਆ ਅਕਲਮੰਦਾਂ ਦਾ ਤੈ ਚਾਹ ਅਕਲ ਗਵਾਇਆ। ਬਾਜ ਕਰੀ ਨਸੀਹਤ ਨਹੀਂ ਅਸਾਂ ਸਦਾਈਆਂ ਤਾਈ ਗਲੀ ਸੱਜਣ ਦੀ ਛੱਡ ਕੇ ਸਾਨੂੰ ਜੰਨਤ ਭਾਵੇ ਨਾਹੀਂ। ਜੇ ਸੌ ਸਾਲ ਕਬਰ ਮੇਰੀ ਆ ਪਾਇਆ ਤੁਦ ਫੇਰਾ ਤਾਂ ਵੀ ਹੱਡੀਆਂ ਨਿਕਲ ਕਬਰ ਥੀ ਮੁਜਰਾ ਕਰਸਨ ਤੇਰਾ। ਜੇ ਮੈਂ ਦੇਖਾਂ ਔਗਣ ਆਪਣੇ ਕੋਈ ਗੁਣ ਨਾਹੀਂ ਪੱਲੇ ਜੇ ਮੈਂ ਦੇਖਾਂ ਰਹਿਮਤ ਤੇਰੀ ਬੱਲੇ 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 ਜਦ ਤੱਕ ਜਾਨ ਮੇਰੀ ਇਹ ਨਾਈ ਮਲਕਲ ਮੌਤ ਸਦੇਂਦਾ ਤਦ ਤੱਕ ਸੋਹਣੇ ਮੁਖ ਤੇਰੇ ਦਾ ਦਰਸ਼ਨ ਰਹਾ ਕਰੇਂਦਾ। ਜਿਸ ਦਿਨ ਦੇ ਮੇਰਾ ਮਹੀਅਤ ਹੋਵੇ ਦਫਨ ਕਰਨ ਲੈ ਜਾਵਨ ਮੱਠਾਂ ਦੇ ਵਿੱਚ ਪਾ ਕੇ ਮੈਨੂੰ ਮੈਂ ਖਾਨੇ ਦਫਨਾਵਨ। ਚੁੱਕ ਜਨਾਜਾ ਹਾਫਜ਼ ਦਾ ਤੂੰ ਨਾਲ ਚਾਉ ਲੈ ਜਾਵੀ ਪਾਪੀ ਸੀ ਪਰ ਜਾ ਪਹੁੰਚਾ ਹੈ ਉੱਚਿਆਂ ਮੰਡਲਾਂ ਤਾਈ। ਸਿਦਕ ਸਬੂਰੀ ਹੱਕ ਥੀ ਵੇ ਆਪਣਾ ਰੰਗ ਦਿਖਾਇਆ ਭਾਗ ਚੰਗੇਰੇ ਅੱਗੇ ਆਏ
ਮੇਰੇ ਮੁਰਸ਼ਦ ਪਾਰ ਲੰਘਾਇਆ। ਕਰੀ ਇਕੱਠਾ ਗੰਜ ਅਰਫਾਨੀ ਨਾਲ ਤੇਰੇ ਜੋ ਜਾਵੇ, ਸੋਨਾ ਚਾਂਦੀ ਜੋੜਿਆ ਹੋਇਆ ਲੋਕਾਂ ਦੇ ਕੰਮ ਆਵੇ। ਕੀ ਹੋਇਆ ਜੇ ਦੌਲਤ ਨਹੀਂ, ਹਾਫਜ਼ ਕਰ ਸ਼ੁਕਰਾਨੇ, ਮਿੱਠਾ ਬੋਲਣ ਨਾਲੋਂ ਕਿਹੜੇ ਚੰਗੇ ਹੋਰ ਖਜ਼ਾਨੇ। ਕੀ ਹੋਇਆ ਜੇ ਦੌਲਤ ਨਹੀਂ, ਹਾਫਜ਼ ਕਰ ਸ਼ੁਕਰਾਨੇ, ਮਿੱਠਾ ਬੋਲਣ ਨਾਲੋਂ ਕਿਹੜੇ ਚੰਗੇ ਹੋਰ ਖਜ਼ਾਨੇ। ਮਿੱਠਾ ਬੋਲਣ ਨਾਲੋਂ ਕਿਹੜੇ ਚੰਗੇ ਹੋਰ ਖਜ਼ਾਨੇ। ਜਗ ਮੈਂ ਗੁਰੂ ਸਮਾਨ ਨਹੀਂ ਦਾਤਾ, ਜਗ ਮੈਂ ਗੁਰੂ ਸਮਾਨ ਨਹੀਂ ਦਾਤਾ। ਬਸ ਤੂੰ ਅਗੋਚਰ ਦੀ ਸਤਿਗੁਰੂ ਨੇ, ਬਸ ਤੂੰ ਅਗੋਚਰ ਦੀ ਸਤਿਗੁਰੂ ਨੇ, ਪਲੀ ਬਤਾਈ ਬਾਤਾ ਗੁਰੂ ਸਮਾਨ ਨਹੀਂ ਦਾਤਾ। ਕਾਮ ਕ੍ਰੋਧ ਕੈਦ ਕਰ ਰੱਖੇ, ਲੋਭ ਕੋਲੀ ਨੋ ਨਾਥਾ ਕਾਲ ਕਰੇ ਸੋ ਹਾਲ ਹੀ ਕਰ ਲੇ, ਫਿਰ ਨਾ ਮਿਲੇ ਜੇ ਸਾਥ ਜਗ ਮੈਂ ਗੁਰੂ ਸਮਾਨ ਨਹੀਂ ਦਾਤਾ। ਸ਼ਬਦ ਪੁਕਾਰ ਪੁਕਾਰ ਕਹਿਤ ਹੈ, ਕਰ ਲੈ ਸੰਤਨ ਸਾਥ ਸੁਮਰਨ ਬੰਦਗੀ ਕਰ ਸਾਹਿਬ ਕੀ, ਸੁਮਰਨ ਬੰਦਗੀ ਕਰ ਸਾਹਿਬ ਕੀ, ਕਾਲ ਨਵਾਵੇ ਮਾਥਾ ਜਗ ਮੈਂ ਗੁਰੂ ਸਮਾਨ ਨਹੀਂ ਦਾਤਾ। ਕਹੇ ਕਬੀਰ ਸੁਨੋ ਹੋ ਧਰਮਨ, ਕਹੇ ਕਬੀਰ ਸੁਨੋ ਹੋ ਧਰਮਨ,
ਮਾਨੋ ਬਚਨ ਹਮਾਰਾ ਪਰਦਾ ਖੋਲ ਮਿਲੋ ਸਤਿਗੁਰੂ ਸੇ ਪਰਦਾ ਖੋਲ ਮਿਲੋ ਸਤਿਗੁਰੂ ਸੇ ਆਵੋ ਲੋਕ ਦਿਆਰਾ ਗੁਰੂ ਸਮਾਨ ਨਹੀਂ ਦਾਤਾ ਗੁਰੂ ਸਮਾਨ ਨਹੀਂ ਦਾਤਾ ਜਗ ਮੈਂ ਗੁਰੂ ਸਮਾਨ ਨਹੀਂ ਦਾਤਾ ਰਾਗ ਮਾਰੂ ਮਹਿਲਾ ਤੀਸਰਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾਤੇ ਸ਼ਬਦ ਪਛਾਤਾ ਕੱਲ੍ਹ ਮੈਂ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਲਈ ਸੀ ਅੱਜ ਮੈਂ ਉਸ ਗੁਰੂ ਘਰ ਦੀ ਬਾਣੀ ਲੈ ਰਿਹਾ ਹਾਂ ਜਿਨ੍ਹਾਂ ਨੇ ਫਰਮਾਇਆ ਸੀ ਮੇਰਾ ਉਪਦੇਸ਼ ਚੌਂ ਵਰਨੋ ਕੋ ਸਾਂਝਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਆਪ ਦੀ ਤਾਲੀਮ ਆਪ ਦਾ ਉਪਦੇਸ਼ ਕਿਸੇ ਖਾਸ ਕੌਮ ਵਾਸਤੇ ਨਹੀਂ ਹੈ ਕਿਸੇ ਫਿਰਕੇ ਵਾਸਤੇ ਨਹੀਂ ਹੈ ਕਿਸੇ ਖਾਸ ਮੁਲਕ ਦੇ ਬਾਸ਼ਿੰਦਿਆਂ ਵਾਸਤੇ ਨਹੀਂ ਹੈ ਕੁੱਲ ਆਲਮ ਦੇ ਵਾਸਤੇ ਹੈ ਔਰ ਸਾਰੀ ਦੁਨੀਆ ਵਾਸਤੇ ਆਪ ਦਾ ਇੱਕੋ ਹੀ ਉਪਦੇਸ਼ ਹੈ ਕਿਉਂਕਿ ਹਰ ਇੱਕ ਨੂੰ ਉਹ ਆਪਣਾ ਸਮਝਦੇ ਹਨ ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਗੁਰੂ ਸਾਹਿਬ ਕਹਿੰਦੇ ਸਾਡਾ ਦੁਨੀਆ ਅੰਦਰ ਕੋਈ ਦੁਸ਼ਮਣ ਨਹੀਂ ਹੈ ਸਾਨੂੰ ਇਸ ਰਚਨਾ ਦੇ ਅੰਦਰ ਕੋਈ ਵੀ ਬਗਾਨਾ ਜੀਵ ਨਜ਼ਰ ਨਹੀਂ ਆਉਂਦਾ ਇਹ ਸਭ ਪਰਮਾਤਮਾ ਦੇ ਬਣਾਏ ਹੋਏ ਜੀਵ ਹਨ ਬੰਦੇ ਹਨ ਇਸ ਵਾਸਤੇ ਸਾਨੂੰ ਸਾਰੇ ਹੀ ਪਿਆਰੇ ਲੱਗਦੇ ਹਨ ਇਸੇ ਵਾਸਤੇ ਬਾਣੀ ਦੁਆਰਾ ਸਮਝਾਉਂਦੇ ਹਨ ਜੀਆ ਜੰਤ ਸਭ ਤੁਸਦੇ ਸਭ ਨਾਕਾ ਸੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਐ ਪਰਮਾਤਮਾ ਇਹ ਸਭ ਇਨਸਾਨ ਤੋਂ ਖੁਦ ਪੈਦਾ ਕੀਤੇ ਹੋਏ ਹਨ ਹਰ ਇੱਕ ਦੇ ਅੰਦਰ ਤੋਂ ਖੁਦ ਬੈਠਾ ਹੋਇਆ ਹੈ ਮੰਦਾ ਬੁਰਾ ਮੈਂ ਉਸ ਇਨਸਾਨ ਨੂੰ ਕਹਿ ਸਕਾਂਗਾ ਜੇ ਉਸਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ ਦੇਖੋ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਔਰ ਗੁਰੂ ਘਰ ਨੇ ਸਾਨੂੰ ਮਾਲਕ ਅੱਗੇ ਪ੍ਰਾਰਥਨਾ ਕਰਨੀ ਕੀ ਸਿਖਾਈ ਹੈ ਤੇਰੇ ਭਾਣੇ ਸਰਬੱਤ ਕਾ ਭਲਾ ਪਰਮਾਤਮਾ ਦੇ ਕੋਲੇ ਸੱਚੇ ਦਿਲੋਂ ਸਾਰੀ ਦੁਨੀਆ ਦਾ ਭਲਾ ਮੰਗਣਾ ਚਾਹੀਦਾ ਹੈ ਜਿਹੜਾ ਸਾਰੀ ਦੁਨੀਆ ਦਾ ਭਲਾ ਮੰਗੇਗਾ ਉਹ ਕਿਸੇ ਦੀ ਨਿੰਦਿਆ ਕਿਸ ਤਰ੍ਹਾਂ ਕਰ ਸਕਦਾ ਹੈ ਚੁਗਲੀ ਕਿਸ ਤਰ੍ਹਾਂ ਕਰ ਸਕਦਾ ਹੈ ਕਿਸੇ ਨੂੰ ਕਦੇ ਬੁਰਾ ਕਿਸ ਤਰ੍ਹਾਂ ਕਹਿ ਸਕਦਾ ਹੈ ਇਹ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ ਆਪ ਗੁਰੂ ਨਾਨਕ ਸਾਹਿਬ ਦੇ ਘਰ ਦੇ ਉਪਦੇਸ਼ ਦੇ ਮੁਤਲਕ ਹਰ ਪਹਿਲੂ ਤੋਂ ਬੜੀ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਸਮਝਾ ਰਹੇ ਹਨ ਆਪ ਫਰਮਾਉਂਦੇ ਹਨ ਜਗ ਜੀਵਨ ਸਾਚਾ ਏਕੋ ਦਾਤਾ ਉਹ ਪਰਮਾਤਮਾ ਇੱਕ ਹੈ ਇਹ ਨਹੀਂ ਕਿ ਹਿੰਦੂਆਂ ਦਾ ਕੋਈ ਹੋਰ ਹੈ ਸਿੱਖਾਂ ਸਾਂਝਾਂ ਦਾ ਕੋਈ ਹੋਰ ਹੈ ਮੁਸਲਮਾਨਾਂ ਦਾ ਕੋਈ ਹੋਰ ਹੈ ਹਿੰਦੁਸਤਾਨ ਦੇ ਰਹਿਣ ਵਾਲਿਆਂ ਦਾ ਵੀ ਉਹ ਹੈ ਅਮਰੀਕਾ ਔਰ ਅਫਰੀਕਾ ਦੇ ਰਹਿਣ ਵਾਲਿਆਂ ਦਾ ਵੀ ਉਹ ਹੈ
ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਭਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਵਿਸਰ ਨਾ ਜਾਈ। ਜੋ ਕੁਛ ਤੁਸੀਂ ਦੁਨੀਆ ਅੰਦਰ ਅੱਖਾਂ ਨਾਲ ਦੇਖ ਰਹੇ ਹੋ, ਇਸ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ ਜਿਹੜਾ ਸਾਰਿਆਂ ਦਾ ਦਾਤਾ ਹੈ, ਸਾਰਿਆਂ ਦਾ ਬਾਦਸ਼ਾਹ ਹੈ, ਜੋ ਸਭ ਦੀ ਸੰਭਾਲ ਕਰਦਾ ਹੈ। ਮੁਸਲਮਾਨ ਫਕੀਰਾਂ ਨੇ ਵੀ ਉਸ ਪਰਮਾਤਮਾ ਨੂੰ ਰੱਬੁਲ ਆਲਮੀਨ ਕਹਿ ਕੇ ਯਾਦ ਕੀਤਾ ਹੈ, ਰੱਬੁਲ ਮੁਸਲਮੀਨ ਕਹਿ ਕੇ ਬਿਆਨ ਨਹੀਂ ਕੀਤਾ। ਉਹ ਰੱਬ ਜਿਹੜਾ ਕਿ ਕੁੱਲ ਆਲਮ ਦਾ ਹੈ, ਉਹ ਰੱਬ ਨਹੀਂ ਜਿਹੜਾ ਕਿ ਸਿਰਫ ਮੁਸਲਮਾਨਾਂ ਦਾ ਹੈ। ਰਿਸ਼ੀ ਮੁਨੀ ਵੀ ਉਸ ਪਰਮਾਤਮਾ ਨੂੰ ਇੱਕ ਇੱਕ ਕਹਿੰਦੇ ਚਲੇ ਆ ਰਹੇ ਹਨ। ਇਸ ਵਾਸਤੇ ਫਿਰ ਮਹਾਤਮਾ ਸਮਝਾਉਂਦੇ ਹਨ ਕਿ ਕੇਵਲ ਇੱਕ ਪਰਮਾਤਮਾ ਹੈ ਔਰ ਹਮੇਸ਼ਾ ਤੋਂ ਉਹ ਪਰਮਾਤਮਾ ਚਲੇ ਆ ਰਿਹਾ ਹੈ। ਇਸੇ ਵਾਸਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗੁਰੂ ਸਾਹਿਬ ਕਹਿੰਦੇ ਸਾਡੇ ਤਜਰਬੇ ਦੇ ਅੰਦਰ ਇੱਕ ਐਸੀ ਚੀਜ਼ ਆਈ ਹੈ ਜਿਹੜੀ ਆਦ ਜਵਾਦ ਤੋਂ ਸੱਚ ਹੀ ਚਲੀ ਆ ਰਹੀ ਹੈ। ਸੱਚ ਦਾ ਮਤਲਬ ਜਿਹੜੀ ਕਦੇ ਨਾਸ਼ ਨਹੀਂ ਹੁੰਦੀ, ਕਦੇ ਫਨਾਹ ਨਹੀਂ ਹੁੰਦੀ, ਉਹ ਸਿਰਫ ਉਹ ਪਰਮੇਸ਼ੁਰ ਹੈ, ਪਰਮਾਤਮਾ ਹੈ। ਸਭ ਤੋਂ ਪਹਿਲਾਂ ਉਹ ਮਾਲਕ ਸੀ, ਸਭ ਕੁਛ ਉਸ ਮਾਲਕ ਨੇ ਪੈਦਾ ਕੀਤਾ ਹੈ। ਜੋ ਕੁਛ ਪੈਦਾ ਕੀਤਾ ਹੈ ਇਹਨੇ ਨਾਸ਼ ਹੋ ਜਾਣਾ ਹੈ, ਫਨਾਹ ਹੋ ਜਾਣਾ ਹੈ, ਲੇਕਿਨ ਇਸ ਨੂੰ ਪੈਦਾ ਕਰਨ ਵਾਲਾ ਉਹ ਪਰਮਾਤਮਾ ਕਦੇ ਨਾਸ਼ ਨਹੀਂ ਹੁੰਦਾ, ਉਹ ਪਰਮਾਤਮਾ ਕਦੇ ਫਨਾਹ ਨਹੀਂ ਹੁੰਦਾ। ਉਹ ਸਤਿਯੁਗ ਵਿੱਚ ਵੀ ਸੀ, ਤ੍ਰਿਤੇ ਵਿੱਚ ਵੀ ਸੀ, ਹੁਣ ਵੀ ਹੈ, ਅੱਗੇ ਵੀ ਉਸੇ ਪਰਮਾਤਮਾ ਨੇ ਰਹਿਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਹਰ ਬਿਨ ਸਭ ਕੁਛ ਮੈਲਾ ਸੰਤੋ, ਮਾਲਕ ਦੇ ਬਗੈਰ ਸਭ ਮੈਲ ਹੈ, ਸਭ ਕੂੜ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾਹ ਹੋ ਜਾਣਾ ਹੈ। ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ, ਕੂੜ ਕੂੜੇ ਲਿਓ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾ। ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 50-60 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 70 ਸਾਲ ਵਾਸਤੇ ਮਿਲਿਆ ਹੈ। ਇਹ ਵੀ ਕਿਸੇ ਨੇ ਅਗਨੀ ਦੇ ਸਪੁਰਦ ਕਰਕੇ ਚਲੇ ਜਾਣਾ ਹੈ, ਕਿਸੇ ਨੇ ਮਿੱਟੀ ਦੇ ਸਪੁਰਦ ਕਰਕੇ ਚਲੇ ਜਾਣਾ ਹੈ। ਜੋ ਸਰੀਰ ਦੇ ਅੰਦਰ ਬੈਠ ਕੇ ਇਸ ਦੁਨੀਆ ਨਾਲ ਮੋਹ ਔਰ ਪਿਆਰ ਪਾਈ ਬੈਠੇ ਹਾਂ, ਗੁਰੂ ਸਾਹਿਬ ਕਹਿੰਦੇ ਉਹਨੇ ਵੀ ਨਾਸ਼ ਹੋ ਜਾਣਾ ਹੈ, ਉਹਨੇ ਵੀ ਫਨਾਹ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਕੂੜ ਦੇ ਹੀ ਮੋਹ ਔਰ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। ਇਸ ਵਾਸਤੇ ਸਮਝਾਉਂਦੇ ਹਨ, ਅੱਛੀ ਤਰ੍ਹਾਂ ਸੋਚ ਔਰ ਵਿਚਾਰ ਕਰਕੇ ਦੇਖੋ ਕਿਹੜੀ ਚੀਜ਼ ਤੁਹਾਡੀ ਮੁਹੱਬਤ, ਤੁਹਾਡੀ ਭਗਤੀ, ਤੁਹਾਡੇ ਪਿਆਰ ਦੇ ਕਾਬਲ ਹੈ, ਕਿਉਂਕਿ ਸਭ ਨੇ ਤੁਹਾਡਾ ਸਾਥ ਛੱਡ ਦੇਣਾ ਹੈ, ਸਿਰਫ ਇੱਕੋ ਪਰਮਾਤਮਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਉਹ ਸੱਚ ਹੈ, ਉਹ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਇਸ ਵਾਸਤੇ ਕਹਿੰਦੇ ਜਗ ਜੀਵਨ ਸੱਚ ਆ, ਉਸ ਪਰਮਾਤਮਾ ਨੇ ਸਾਰੀ ਦੁਨੀਆ ਨੂੰ ਜਨਮ ਦਿੱਤਾ ਹੈ, ਉਸ ਪਰਮਾਤਮਾ ਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਹ ਜਿਹੜਾ ਇੱਕ ਪਰਮਾਤਮਾ ਹੈ, ਉਹਦੀ ਕੋਈ ਕੌਮ ਨਹੀਂ ਹੈ, ਕੋਈ ਮਜ਼ਹਬ ਨਹੀਂ ਹੈ, ਕੋਈ ਮੁਲਕ ਨਹੀਂ ਹੈ, ਔਰ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚਿੰਨਸ ਗੁਰ ਵਿਚਾਰਾ। ਆਤਮਾ ਦੇ ਅੰਦਰ ਉਹ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ, ਲੇਕਿਨ ਇਸ ਚੀਜ਼ ਦੀ ਸੋਝੀ ਔਰ ਸਮਝ ਕਦੋਂ ਆਉਂਦੀ ਹੈ? ਜਿਸ ਵਕਤ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਅਸੀਂ ਆਪਣੇ ਅੰਦਰੋਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ। ਤੁਸੀਂ ਦੇਖੋ ਬੜਦਾ ਦਰਖਤ ਕਿਤਨਾ ਬੜਾ ਹੁੰਦਾ ਹੈ, ਉਸਦਾ ਬੀਜ ਇੱਕ ਬੜਾ ਛੋਟਾ ਜਿਹਾ ਹੁੰਦਾ ਹੈ।
ਅਗਰ ਕੋਈ ਸਾਨੂੰ ਸਮਝਾਏ ਇਤਨੇ ਛੋਟੇ ਜਿਹੇ ਬੀਜ ਦੇ ਅੰਦਰ ਫੜ ਦਾ ਦਰਖਤ ਹੈ, ਸਾਨੂੰ ਕਦੇ ਸਮਝ ਨਹੀਂ ਆ ਸਕਦੀ। ਉਸੇ ਬੀਜ ਨੂੰ ਜ਼ਮੀਨ ਦੇ ਅੰਦਰ ਬੋ ਦੇਵੋ, ਆਹਿਸਤਾ ਸੇ ਪੌਦਾ ਬਣਦਾ ਹੈ, ਪਰਵਿਸ਼ ਪਾ ਕੇ ਕਿਤਨਾ ਬੜਾ ਬੜਦਾ ਦਰਖਤ ਹੋ ਜਾਂਦਾ ਹੈ, ਖੁਦ ਹੀ ਪਤਾ ਲੱਗ ਜਾਂਦਾ ਹੈ ਇਤਨੇ ਬੜੇ ਦਰਖਤ ਦਾ ਬੜਾ ਛੋਟਾ ਬੀਜ ਹੈ, ਇਤਨੇ ਛੋਟੇ ਜਿਹੇ ਬੀਜ ਦੇ ਅੰਦਰ ਇਤਨਾ ਸਾਰਾ ਬੜਾ ਬੜਦਾ ਦਰਖਤ ਹੈ। ਇਸੇ ਤਰ੍ਹਾਂ ਮਹਾਤਮਾ ਕਹਿੰਦੇ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਇਹੋ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਆਤਮ ਅੰਸ਼ ਰਾਮ ਦੀ। ਸੋ ਜਦੋਂ ਪਰਮਾਤਮਾ ਦੀ ਕੋਈ ਕੌਮ ਨਹੀਂ ਹੈ, ਮਜ਼ਹਬ ਨਹੀਂ ਹੈ, ਮੁਲਕ ਨਹੀਂ ਹੈ, ਤੁਸੀਂ ਸੋਚੋ ਸਾਡੀ ਆਤਮਾ ਦੀ ਕਿਹੜੀ ਕੌਮ ਹੋ ਸਕਦੀ ਹੈ, ਮਜ਼ਹਬ ਹੋ ਸਕਦਾ ਹੈ, ਮੁਲਕ ਹੋ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਵਰਣ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਪਾਏ ਦਾ। ਜਿਸ ਪਰਮੇਸ਼ੁਰ ਨੇ ਆਪਣੇ ਹੁਕਮ ਦੇ ਜ਼ਰੀਏ ਆ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਉਹ ਗੋਰਾ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਹਿੰਦੁਸਤਾਨ ਦੇ ਰਹਿਣ ਵਾਲਾ ਹੈ, ਨਾ ਅਮਰੀਕਾ ਅਫਰੀਕਾ ਦੇ ਰਹਿਣ ਵਾਲਾ ਹੈ। ਸਭ ਦੁਨੀਆ ਦੇ ਇਨਸਾਨ ਚੌਂ ਵਰਨਾ ਦੇ ਅੰਦਰ ਤਕਸੀਮ ਕੀਤੇ ਜਾ ਸਕਦੇ ਹਨ। ਸੋ ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ। ਜਦੋਂ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ, ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਇਹਦੀ ਕਿਹੜੀ ਕੌਮ ਹੋ ਸਕਦੀ ਹੈ, ਇਹਦਾ ਕਿਹੜਾ ਮਜ਼ਹਬ ਹੋ ਸਕਦਾ ਹੈ, ਇਹਦਾ ਕਿਹੜਾ ਮੁਲਕ ਹੋ ਸਕਦਾ ਹੈ। ਪਰਮਾਤਮਾ ਅਗਰ ਸਮੁੰਦਰ ਦੀ ਕੋਈ ਜਾਤ ਪਾਤ ਨਹੀਂ ਹੈ, ਮਾਮੂਲੀ ਕਤਰੇ ਦੀ ਕੀ ਜਾਤ ਪਾਤ ਹੋਵੇਗੀ। ਅਗਰ ਸੂਰਜ ਦੀ ਹੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਮਾਮੂਲੀ ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋ ਸਕਦੀ ਹੈ। ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਹੈ, ਅਸੀਂ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਆਪਣੇ ਆਪ ਨੂੰ ਤਕਸੀਮ ਕਰੀ ਜਾਂਦੇ ਹਾਂ ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਕਿਸੇ ਮਹਾਤਮਾ ਦੇ ਉਪਦੇਸ਼ ਨੂੰ ਅੱਛੀ ਤਰ੍ਹਾਂ ਰਿਸਰਚ ਕਰਕੇ ਖੋਜ ਕਰਕੇ ਦੇਖੋ, ਹਰ ਇੱਕ ਮਹਾਤਮਾ ਇਹਨਾਂ ਕੌਮਾਂ ਮਜ਼ਹਬਾਂ ਜਾਤਾਂ ਪਾਤਾਂ ਦੇ ਝਗੜਿਆਂ ਤੋਂ ਸਾਡੇ ਖਿਆਲ ਨੂੰ ਬਹੁਤ ਉੱਪਰ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਭਰਾਵਾ, ਜਿਸ ਜਗ੍ਹਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਨਾ ਤਾਂ ਤੇਰੇ ਸਰੀਰ ਨੇ ਉਸ ਜਗ੍ਹਾ ਪਹੁੰਚਣਾ ਹੈ, ਨਾ ਤੇਰੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ। ਇਹ ਜਿਹੜਾ ਤੇਰਾ ਸਰੀਰ ਹੈ, ਜਾਂ ਤਾਂ ਅਗਨੀ ਦੇ ਸਪੁਰਦ ਹੋ ਜਾਣਾ ਹੈ ਜਾਂ ਮਿੱਟੀ ਅੰਦਰ ਦਬਾ ਦਿੱਤਾ ਜਾਵੇਗਾ। ਕਿਸੇ ਦੀ ਕੌਮ ਔਰ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦੇ ਹਨ, ਕਿਸੇ ਦੀਆਂ ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਂਦੀਆਂ ਹਨ। ਉੱਥੇ ਸਾਡੇ ਕਰਮ ਦੇਖੇ ਜਾਂਦੇ ਹਨ, ਸਾਡੇ ਅਮਲ ਦੇਖੇ ਜਾਂਦੇ ਹਨ, ਸਾਡਾ ਭਗਤੀ ਭਾਉ ਦੇਖਿਆ ਜਾਂਦਾ ਹੈ, ਸਾਡਾ ਮਾਲਕ ਦਾ ਮਿਲਣਾ ਸ਼ੁਕਰ ਪਿਆਰ ਦੇਖਿਆ ਜਾਂਦਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਜਾਤ ਪਾਤ ਪੁੱਛੇ ਨਾ ਕੋ, ਹਰ ਕੋ ਭਜੇ ਸੋ ਹਰ ਕਾ ਹੋ। ਜਾਤਾਂ ਪਾਤਾਂ ਕਿਸੇ ਨੇ ਨਹੀਂ ਪੁੱਛਣੀਆਂ, ਜੋ ਮਾਲਕ ਦੀ ਭਗਤੀ ਕਰਦਾ ਹੈ ਉਹ ਮਾਲਕ ਦਾ ਰੂਪ ਹੋ ਜਾਵੇਗਾ। ਹਿੰਦੂ ਹੋ ਕੇ ਭਗਤੀ ਕਰੋ, ਸਿੱਖ ਇਸਾਈ ਮੁਸਲਮਾਨ ਹੋ ਕੇ ਭਗਤੀ ਕਰੋ, ਇਸ ਭਗਤੀ ਨੇ ਤੁਹਾਨੂੰ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਹਿੰਦੂਆਂ ਤੋਂ ਸਿੱਖ ਬਣਨਾ ਪਵੇਗਾ, ਸਿੱਖਾਂ ਤੋਂ ਇਸਾਈ ਬਣਨਾ ਪਵੇਗਾ, ਇਸਾਈਆਂ ਤੋਂ ਮੁਸਲਮਾਨ ਬਣਨਾ ਪਵੇਗਾ, ਕਬੀਰ ਸਾਹਿਬ ਕਹਿੰਦੇ ਖਿਆਲ ਹੀ ਹਮੇਸ਼ਾ ਵਾਸਤੇ ਮਨ ਚੋਂ ਕੱਢ ਦਿਓ। ਇਸੇ ਵਾਸਤੇ ਬੁੱਲੇ ਸ਼ਾਹ ਨੇ ਕਿਹਾ ਸੀ, ਅਮਲਾਂ ਉੱਤੇ ਹੋਣ ਵੇਲੇ ਖੜੀ ਰਹਿਣਗੀਆਂ ਜਾਤਾਂ,
ਜਿਹੜੇ ਆਪਣੇ ਅਮਲਾਂ ਦੀ ਤਰਫ ਧਿਆਨ ਦਿੰਦੇ ਹਨ, ਆਪਣੇ ਅਮਾਲਾਂ ਦਾ ਖਿਆਲ ਕਰਦੇ ਹਨ, ਉਹਨਾਂ ਦਾ ਹੀ ਉੱਥੇ ਹਿਸਾਬ ਕਿਤਾਬ ਖਤਮ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਹੰਕਾਰ ਹੈ, ਉਹਨਾਂ ਨੂੰ ਉੱਥੇ ਕੋਈ ਨਹੀਂ ਪੁੱਛਦਾ। ਪਲਟੂ ਸਾਹਿਬ UP ਦੇ ਅੰਦਰ ਬੜੇ ਮਸ਼ਹੂਰ ਲਾਧੜਕ ਮਹਾਤਮਾ ਹੋਏ ਹਨ, ਆਪਣੇ ਬਾਣੀ ਅੰਦਰ ਜ਼ਿਕਰ ਕਰਦੇ ਹਨ, ਪਲਟੂ ਉੱਚੀ ਜ਼ਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆ। ਮਤੇ ਕਿਸੇ ਦੇ ਮਨ ਵਿੱਚ ਇਹ ਖਿਆਲ ਹੋਵੇ ਕਿ ਮੈਂ ਬ੍ਰਾਹਮਣਾਂ ਦੇ ਘਰ ਜਨਮ ਲਿਆ ਹੈ, ਮੈਨੂੰ ਹੀ ਪਰਮਾਤਮਾ ਦੇ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ, ਜਾਂ ਮੈਂ ਕਿਸੇ ਹੋਰ ਜਾਤੀ ਅੰਦਰ ਜਨਮ ਲੈ ਬੈਠਾ ਹਾਂ, ਸ਼ਾਇਦ ਕਦੇ ਵੀ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ। ਪਲਟੂ ਸਾਹਿਬ ਕਹਿੰਦੇ, ਖਿਆਲ ਹੀ ਹਮੇਸ਼ਾ ਵਾਸਤੇ ਮਨ 'ਚੋਂ ਕੱਢ ਦਿਓ, ਕਿਉਂਕਿ ਉਸ ਪਰਮਾਤਮਾ ਦੇ ਘਰ ਪਹੁੰਚਣ ਵਾਸਤੇ ਤਾਂ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਸਿਰਫ ਪਿਆਰ ਦੀ ਲੋੜ ਪੈਂਦੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਬਿਨ ਨਾਮੇ ਸਭ ਨੀਚ ਜਾਤ ਹੈ, ਵਿਸ਼ਟਾ ਕੇ ਕੀੜੇ ਹੋਏ। ਜਿਹੜੇ ਮਾਲਕ ਦੀ ਭਗਤੀ ਨਹੀਂ ਕਰਦੇ, ਉਹਨਾਂ ਤੋਂ ਜ਼ਿਆਦਾ ਨੀਚੀ ਜ਼ਾਤ ਵਾਲਾ ਕੌਣ ਹੋਵੇਗਾ, ਜਿਨ੍ਹਾਂ ਨੇ ਮੌਤ ਤੋਂ ਬਾਅਦ ਜਾ ਕੇ ਵਿਸ਼ਟਾ ਕੇ ਗੰਦਗੀ ਦੇ ਕੀੜੇ ਬਣਨਾ ਹੈ। ਕਿੰਨਾ ਦੀ ਉੱਚੀ ਜ਼ਾਤ ਹੈ, ਜਿਸ ਨਾਮ ਹਿਰਦੇ ਸੋ ਉੱਚੇ ਉੱਚਾ ਸੱਚੇ ਆਪ ਸਮਾਵਣਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਲਕ ਦਾ ਪਿਆਰ ਵਸ ਜਾਂਦਾ ਹੈ, ਮਾਲਕ ਦਾ ਨਾਮ ਵਸ ਜਾਂਦਾ ਹੈ, ਗੁਰੂ ਸਾਹਿਬ ਕਹਿੰਦੇ ਉੱਚੇ ਤੋਂ ਉੱਚੇ ਹਨ, ਸੁੱਚੇ ਤੋਂ ਸੁੱਚੇ ਹਨ, ਵਾਪਸ ਜਾ ਕੇ ਸੱਚੇ ਪਰਮਾਤਮਾ ਦੇ ਅੰਦਰ ਸਮਾ ਜਾਂਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿਸ ਨਾਮ ਹਿਰਦੇ ਸੋ ਵੱਡ ਪਰਵਾਰਾ, ਜਿਸ ਦੇ ਹਿਰਦੇ ਦੇ ਅੰਦਰ ਮਾਲਕ ਦਾ ਪਿਆਰ ਵਸ ਜਾਂਦਾ ਹੈ, ਉਹਦੇ ਵਾਸਤੇ ਸਾਰੀ ਦੁਨੀਆ ਉਹ ਇੱਕ ਸੰਸਾਰ, ਉਹ ਸਾਰਾ ਸੰਸਾਰ ਹੀ ਉਹਦਾ ਆਪਣਾ ਕੁਨਬਾ ਬਣ ਜਾਂਦਾ ਹੈ, ਸਾਰੇ ਹੀ ਉਹਦੇ ਆਪਣੇ ਬਣ ਜਾਂਦੇ ਹਨ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ, ਕਿਸੇ ਨੇ ਤੁਹਾਡੀਆਂ ਜਾਤਾਂ ਪਾਤਾਂ ਨਹੀਂ ਪਰਖਣੀਆਂ, ਉੱਥੇ ਤੁਹਾਡੇ ਅਮਲ ਦੇਖੇ ਜਾਣੇ ਹਨ, ਤੁਹਾਡੇ ਕਰਮ ਦੇਖੇ ਜਾਣੇ ਹਨ। ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਇਹ ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ। ਇਸੇ ਵਾਸਤੇ ਆਮ ਸੰਤਾਂ ਮਹਾਤਮਾ ਨੇ ਇਸ ਨੂੰ ਇਸਤਰੀ ਔਰ ਪਤੀ ਦਾ ਰਿਸ਼ਤਾ ਕਹਿ ਕੇ ਬਿਆਨ ਕੀਤਾ ਹੈ। ਗੁਰੂ ਨਾਨਕ ਸਾਹਿਬ ਵੀ ਇਸਤਰੀ ਔਰ ਪਤੀ ਦਾ ਰਿਸ਼ਤਾ ਕਹਿੰਦੇ ਹਨ। ਸਵਾਮੀ ਜੀ ਮਹਾਰਾਜ, ਕਬੀਰ ਸਾਹਿਬ, ਦਰੀਆ ਸਾਹਿਬ, ਆਮ ਮਹਾਤਮਾ ਨੇ ਇਸਤਰੀ ਔਰ ਪਤੀ ਦਾ ਰਿਸ਼ਤਾ ਕਹਿ ਕੇ ਸਮਝਾਇਆ ਹੈ, ਕਿਉਂਕਿ ਇਸਤਰੀ ਔਰ ਪਤੀ ਦਾ ਜਿਹੜਾ ਰਿਸ਼ਤਾ ਹੈ, ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ। ਰਾਮਾ ਕ੍ਰਿਸ਼ਨ ਮਿਸ਼ਨ ਵਾਲੇ ਇਸ ਨੂੰ ਮਾਤਾ ਔਰ ਬੇਟੇ ਦਾ ਰਿਸ਼ਤਾ ਕਹਿ ਕੇ ਯਾਦ ਕਰਦੇ ਹਨ। ਕ੍ਰਾਈਸਟ ਨੇ ਇਸ ਨੂੰ ਬਾਪ ਔਰ ਬੇਟੇ ਦਾ ਰਿਸ਼ਤਾ ਕਹਿ ਕੇ ਸਮਝਾਇਆ ਹੈ। ਇਹਨਾਂ ਸਾਰਿਆਂ ਰਿਸ਼ਤਿਆਂ ਨੂੰ ਕਿਹੜੀ ਚੀਜ਼ ਇਕੱਠਾ ਕਰਦੀ ਹੈ? ਪ੍ਰੇਮ ਇਕੱਠਾ ਕਰਦਾ ਹੈ, ਪਿਆਰ ਇਕੱਠਾ ਕਰਦਾ ਹੈ। ਸੋ ਮਹਾਤਮਾ ਦੇ ਕੇਵਲ ਸਮਝਾਉਣ ਦਾ ਮਤਲਬ ਇਤਨਾ ਹੀ ਕਿ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਇਹ ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਭਗਤੀ ਦਾ ਰਿਸ਼ਤਾ ਹੈ, ਇਸ਼ਕ ਦਾ ਰਿਸ਼ਤਾ ਹੈ। ਇਸੇ ਵਾਸਤੇ ਪਲਟੂ ਸਾਹਿਬ ਕਹਿੰਦੇ ਹਨ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆ। ਅਗਰ ਤੁਸੀਂ ਮਾਲਕ ਦੇ ਘਰ ਪਹੁੰਚਣਾ ਚਾਹੁੰਦੇ ਹੋ, ਤੁਹਾਨੂੰ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਪ੍ਰੇਮ ਦੀ ਲੋੜ ਪੈਂਦੀ ਹੈ, ਪਿਆਰ ਦੀ ਲੋੜ ਪੈਂਦੀ ਹੈ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਲਕ ਦੇ ਮਿਲਣ ਦੀ ਬਿਰੇ ਹੈ, ਤੜਫ ਹੈ, ਪ੍ਰੇਮ ਹੈ, ਪਿਆਰ ਹੈ, ਇਸ਼ਕ ਹੈ, ਉਹਨਾਂ ਨੂੰ ਹੀ ਫਖਰ ਹਾਸਲ ਹੋ ਸਕੇਗਾ ਕਿ ਉਹ ਵਾਪਸ ਜਾ ਕੇ ਪਰਮਾਤਮਾ ਨੂੰ ਮਿਲ ਸਕਣ। ਦਾਦੂ ਸਾਹਿਬ ਕਹਿੰਦੇ, ਇਸ਼ਕ ਅੱਲਾ ਕਾ ਨਾਮ ਹੈ, ਇਸ਼ਕ ਅੱਲਾ ਕੀ ਜ਼ਾਤ ਹੈ।
ਅਗਰ ਮਾਲਕ ਦਾ ਨਾਮ ਪੁੱਛਦੇ ਹੋ ਇਸ਼ਕ ਹੈ ਪਿਆਰ ਹੈ, ਅਗਰ ਕੋਈ ਜ਼ਾਤ ਪਾਤ ਪੁੱਛਦੇ ਹੋ ਉਹ ਵੀ ਇਸ਼ਕ ਹੈ ਪ੍ਰੇਮ ਹੈ ਪਿਆਰ ਹੈ। ਇਸੇ ਤਰ੍ਹਾਂ ਨਿਊ ਟੈਸਟਾਮੈਂਟ ਵਿੱਚ ਆਉਂਦਾ ਹੈ ਗੋਡ ਇਜ਼ ਲਵ, ਮਾਲਕ ਦਾ ਅਸਲੀ ਰੂਪ ਹੀ ਪ੍ਰੇਮ ਹੈ, ਰੂਪ ਹੀ ਪਿਆਰ ਹੈ। ਸੇਂਟ ਜੌਨ ਦੇ ਅੰਦਰ ਆਉਂਦਾ ਹੈ ਬਲੈਸਡ ਆਰ ਦੋਜ਼ ਹੂ ਮੋਰਨ ਫਾਰ ਦੇ ਸ਼ੈਲ ਗੈਟ ਕੰਫਰਟ, ਖੁਸ਼ਕਿਸਮਤ ਜੀਵ ਹਨ, ਭਾਗਾਂ ਵਾਲੇ ਜੀਵ ਹਨ, ਉਹਨਾਂ ਦਾ ਦੇਹ ਵਿੱਚ ਆਉਣਾ ਮੁਬਾਰਕ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਲਕ ਦੇ ਮਿਲਣ ਦੀ ਬਿਰੇ ਹੈ, ਤੜਫ ਹੈ, ਪ੍ਰੇਮ ਹੈ, ਪਿਆਰ ਹੈ, ਕਿਉਂਕਿ ਅਖੀਰ ਉਹਨਾਂ ਨੇ ਹੀ ਮਾਲਕ ਦੀ ਗੋਦ ਵਿੱਚ ਜਾ ਕੇ ਆਰਾਮ ਪਾਉਣਾ ਹੈ। ਸੋ ਮਹਾਤਮਾ ਦੇ ਕਹਿਣ ਦਾ ਕੇਵਲ ਇਤਨਾ ਹੀ ਮਤਲਬ ਹੈ ਕਿ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ ਉਹ ਕੇਵਲ ਭਗਤੀ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਕੋਈ ਜਾਤਾਂ ਪਾਤਾਂ ਦਾ ਰਿਸ਼ਤਾ ਨਹੀਂ ਹੈ। ਇਸ ਗੁਰੂ ਨਾਨਕ ਸਾਹਿਬ ਬੜੀ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਹਨ। ਕਾਮਨ ਗੁਣਵੰਤੀ ਹਰ ਪਾਏ, ਪੈ ਪਾਏ ਸ਼ਿੰਗਾਰ ਬਣਾਏ, ਹਮੇਸ਼ਾ ਦੋਵਾਂ ਗੁਣਾਂ ਵਾਲੀ ਇਸਤਰੀ ਆਪਣੇ ਪਤੀ ਨੂੰ ਖੁਸ਼ ਰੱਖ ਸਕਦੀ ਹੈ। ਕਿਹੜੇ ਉਹਦੇ ਗੁਣ ਹੁੰਦੇ ਹਨ? ਇੱਕ ਤਾਂ ਇਸਤਰੀ ਦੇ ਅੰਦਰ ਆਪਣੇ ਪਤੀ ਦਾ ਅਤਿ ਪ੍ਰੇਮ ਹੁੰਦਾ ਹੈ, ਅਤਿ ਪਿਆਰ ਹੁੰਦਾ ਹੈ। ਦੂਸਰਾ, ਇਸਤਰੀ ਦੇ ਮਨ ਵਿੱਚ ਆਪਣੇ ਪਤੀ ਦਾ ਭੈ ਹੁੰਦਾ ਹੈ, ਡਰ ਹੁੰਦਾ ਹੈ। ਮਤੇ ਕੋਈ ਮੈਂ ਐਸਾ ਕਰਮ ਕਰ ਬੈਠਾਂ, ਕੋਈ ਐਸੀ ਬੋਲੀ ਬੋਲ ਬੈਠਾਂ ਜਿਸ ਤੋਂ ਮੇਰਾ ਪਤੀ ਨਾਰਾਜ਼ ਹੋ ਜਾਵੇ, ਉਹ ਕਰਮ ਕਰਾਂ, ਐਸੀ ਬੋਲੀ ਬੋਲਾਂ ਜਿਸ ਤੋਂ ਹਮੇਸ਼ਾ ਪਤੀ ਦੀ ਖੁਸ਼ੀ ਹਾਸਲ ਕਰ ਸਕਾਂ, ਉਹ ਇਸਤਰੀ ਆਪਣੇ ਪਤੀ ਨੂੰ ਅੱਛੀ ਲੱਗ ਸਕਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਆਤਮਾ ਦੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਹੈ, ਪ੍ਰੇਮ ਹੈ, ਪਿਆਰ ਹੈ, ਜਿਸ ਆਤਮਾ ਦੇ ਅੰਦਰ ਮਾਲਕ ਦਾ ਭੈ ਔਰ ਡਰ ਹੈ ਔਰ ਮਾਲਕ ਦੀ ਖਿਲਕਤ ਤੋਂ ਡਰਦੀ ਹੈ ਕਿ ਮਤੇ ਕੋ ਮੈਂ ਐਸਾ ਭੈੜਾ ਖੋਟਾ ਪਾਪ ਔਰ ਕਰਮ ਕਰ ਬੈਠਾਂ ਜਿਸ ਤੋਂ ਮੇਰਾ ਦਾਤਾ ਉਹ ਅੱਲਾ ਪਰਮਾਤਮਾ ਨਾਰਾਜ਼ ਹੋ ਜਾਵੇ, ਉਹ ਹੀ ਆਤਮਾ ਨੂੰ ਫਖਰ ਹਾਸਲ ਹੋ ਸਕੇਗਾ ਕਿ ਉਹ ਵਾਪਸ ਜਾ ਕੇ ਪਰਮਾਤਮਾ ਨੂੰ ਮਿਲ ਸਕੇ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ ਕਿ ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ 'ਚੋਂ ਖਿਆਲ ਨੂੰ ਕੱਢੋ, ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਆਪਣੇ ਅੰਦਰ ਇਸ਼ਕ ਪੈਦਾ ਕਰੋ, ਪ੍ਰੇਮ ਪੈਦਾ ਕਰੋ, ਪਿਆਰ ਪੈਦਾ ਕਰੋ। ਹੁਣ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਅਸੀਂ ਮਾਲਕ ਨਾਲ ਪਿਆਰ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਉਂਕਿ ਸਾਡਾ ਪਿਆਰ ਤਾਂ ਉਸੇ ਨਾਲ ਹੀ ਹੋ ਸਕਦਾ ਹੈ ਜਿਸ ਨੂੰ ਅਸੀਂ ਕਦੇ ਦੇਖਿਆ ਹੋਵੇ, ਜਿਹਦੀ ਸਾਨੂੰ ਸ਼ਕਲ ਦਾ ਪਤਾ ਨਹੀਂ, ਰੰਗ ਦਾ ਪਤਾ ਨਹੀਂ, ਰੂਪ ਦਾ ਪਤਾ ਨਹੀਂ, ਜਿਹਨੂੰ ਕਦੇ ਸਾਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਉਹਦੇ ਨਾਲ ਸਾਡਾ ਪ੍ਰੇਮ ਕਿਸ ਤਰ੍ਹਾਂ ਹੋ ਸਕਦਾ ਹੈ, ਪਿਆਰ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਦੁਨੀਆਂ ਦੇ ਸ਼ਕਲਾਂ, ਦੁਨੀਆਂ ਦੇ ਪਦਾਰਥਾਂ ਨਾਲ ਪਿਆਰ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਦੇਖਦੇ ਹਾਂ, ਇਹਨਾਂ ਨਾਲ ਸਾਡਾ ਮਿਲਣਾ ਵਰਤਣਾ ਹੈ। ਸਾਡਾ ਮਾਤਾ ਪਿਤਾ ਨਾਲ ਪਿਆਰ ਹੈ, ਸਾਨੂੰ ਉਹਨਾਂ ਨੇ ਜਨਮ ਦਿੱਤਾ ਹੈ। ਆਪਣੇ ਬਾਲ ਬੱਚਿਆਂ ਨਾਲ ਪਿਆਰ ਹੈ, ਅਸੀਂ ਉਹਨਾਂ ਨੂੰ ਜਨਮ ਦਿੱਤਾ ਹੈ। ਬੀਵੀ ਨਾਲ ਪਿਆਰ ਹੈ, ਸਾਡੇ ਬੱਚਿਆਂ ਦੀ ਮਾਂ ਹੈ। ਯਾਰਾਂ ਦੋਸਤਾਂ ਨਾਲ ਪਿਆਰ ਹੈ, ਬਚਪਨ ਤੋਂ ਸਾਥ ਚੱਲਿਆ ਆ ਰਿਹਾ ਹੈ। ਧਨ ਦੌਲਤ ਨਾਲ ਪਿਆਰ ਹੈ, ਖੂਨ ਪਸੀਨੇ ਦੀ ਕਮਾਈ ਹੈ। ਜਾਇਦਾਦਾਂ ਨਾਲ ਪਿਆਰ ਹੈ, ਵਿਰਾਸਤ ਵਿੱਚ ਲਈਆਂ ਹੋਈਆਂ ਹਨ। ਸੋ ਕੌਮਾਂ ਮਸਬਾਂ ਨਾਲ ਪਿਆਰ ਹੈ, ਬਚਪਨ ਤੋਂ ਹੀ ਇਹਨਾਂ ਵਿੱਚ ਜੰਮੇ ਪਲੇ ਹਾਂ। ਲੇਕਿਨ ਉਹ ਪਰਮਾਤਮਾ ਜਿਸ ਦੇ ਮੁਤਲਕ ਸੁਣੀਆਂ ਸੁਣਾਈਆਂ ਗੱਲਾਂ ਹਨ, ਜਿਹਨੂੰ ਕਦੇ ਦੇਖਿਆ ਤੱਕ ਨਹੀਂ, ਜਿਹੜੀ ਸ਼ਕਲ ਔਰ ਸ਼ਕਲ ਰੂਪ ਦਾ ਪਤਾ ਨਹੀਂ, ਉਹਦੇ ਨਾਲ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ? ਜਾਂ ਕਿਸ ਦਾ ਪਿਆਰ, ਕਿਸ ਦੀ ਭਗਤੀ ਸਾਡੇ ਅੰਦਰ ਮਾਲਕ ਦਾ ਪ੍ਰੇਮ ਔਰ ਪਿਆਰ ਪੈਦਾ ਕਰ ਸਕਦੀ ਹੈ? ਇਸ ਚੀਜ਼ 'ਤੇ ਸੋਚ ਔਰ ਵਿਚਾਰ ਕਰਨ ਵਾਸਤੇ ਅਸੀਂ ਕੁੱਲ ਕਾਇਨਾਤ ਨੂੰ ਅੱਖਾਂ ਅੱਗੇ ਰੱਖ ਕੇ ਅੱਛੀ ਤਰ੍ਹਾਂ ਐਨੇਲਾਈਜ਼ ਕਰਕੇ ਸੋਚਦੇ ਹਾਂ ਕਿ ਦੁਨੀਆ ਅੰਦਰ ਕਿਸ ਚੀਜ਼ ਦੀ ਸੋਭਤ, ਕਿਸ ਚੀਜ਼ ਦਾ ਪਿਆਰ ਸਾਡੇ ਅੰਦਰ ਮਾਲਕ ਦਾ ਪਿਆਰ ਪੈਦਾ ਕਰ ਸਕੇਗਾ। ਅਸੀਂ ਕੀ ਦੇਖਦੇ ਹਾਂ
ਇੱਥੇ ਸਭ ਦੁਨੀਆ ਦੀਆਂ ਚੀਜ਼ਾਂ ਪੰਜਾਂ ਤੱਤਾਂ ਦੀਆਂ ਬਣੀਆਂ ਹੋਈਆਂ ਹਨ। ਪ੍ਰਿਥਵੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ, ਹਰ ਇੱਕ ਚੀਜ਼ ਦੇ ਅੰਦਰ ਕੋਈ ਨਾ ਕੋਈ ਤੱਤ ਮੌਜੂਦ ਹੈ। ਇਨਸਾਨ ਦੇ ਅੰਦਰ ਪੰਜ ਤੱਤ ਹਨ। ਇਸ ਵਾਸਤੇ ਮਹਾਤਮਾ ਸਾਨੂੰ ਪੰਜਾਂ ਤੱਤਾਂ ਦਾ ਪੁਤਲਾ ਕਹਿ ਕੇ ਯਾਦ ਕਰਦੇ ਹਨ। ਇਸੇ ਵਾਸਤੇ ਅਸੀਂ ਟੌਪ ਆਫ ਦੀ ਕ੍ਰੀਏਸ਼ਨ ਹਾਂ। ਪਹਿਲੀ ਉਹ ਕਲਾਸ ਹੈ ਜਿਨ੍ਹਾਂ ਦੇ ਅੰਦਰ ਸਿਰਫ ਪਾਣੀ ਦਾ ਤੱਤ ਹੈ। ਜੋ ਵੀ ਸਬਜ਼ੀਆਂ, ਘਾਸ ਫੂਸ, ਦਰਖਤ, ਫੁੱਲ ਵਗੈਰਾ ਹਨ, ਇਹਨਾਂ ਅੰਦਰ ਸਿਰਫ ਪਾਣੀ ਦਾ ਤੱਤ ਹੈ। ਅਗਰ ਅਸੀਂ ਪੰਜਾਂ ਤੱਤਾਂ ਦੇ ਪੁਤਲੇ ਹੋ ਕੇ ਇਹਨਾਂ ਦਰਖਤਾਂ ਦੀ ਭਗਤੀ ਕਰਾਂਗੇ, ਫੁੱਲਾਂ ਸਬਜ਼ੀਆਂ ਨਾਲ ਪਿਆਰ ਕਰਾਂਗੇ, ਤਾਂ ਅਸੀਂ ਨਿਚਲਿਆਂ ਜਾਮਿਆਂ ਵਿੱਚ ਆ ਜਾਵਾਂਗੇ। ਕਿਉਂਕਿ ਜਹਾਂ ਆਸਾ ਤਹਾਂ ਬਾਸਾ, ਜਿਹਦੀ ਭਗਤੀ ਕਰਨੀ ਹੈ, ਜਿਹਦੇ ਨਾਲ ਪਿਆਰ ਕਰਨਾ ਹੈ, ਮੌਤ ਤੋਂ ਬਾਅਦ ਸਾਡੀ ਉਸੇ ਦੀ ਸ਼ਕਲ ਅਖਤਿਆਰ ਕਰਨੀ ਪੈਂਦੀ ਹੈ। ਇਸ ਵਾਸਤੇ ਇਸ ਪਲਾਂਟ ਕਿੰਗਡਮ 'ਚੋਂ ਕੋਈ ਵੀ ਚੀਜ਼ ਸਾਡੀ ਭਗਤੀ ਔਰ ਪਿਆਰ ਦੇ ਕਾਬਲ ਨਹੀਂ ਹੋ ਸਕਦੀ। ਦੂਸਰੀ, ਜ਼ਮੀਨ ਦੇ ਬਿੱਛੂ ਹਨ, ਸੱਪ ਹਨ, ਠੂੰਹੇ ਵਗੈਰਾ ਹਨ, ਇਹਨਾਂ ਅੰਦਰ ਦੋ ਤੱਤ ਹਨ। ਇਸ ਵਾਸਤੇ ਇਹ ਵੀ ਇਨਸਾਨ ਤੋਂ ਨੀਚੇ ਹਨ। ਤੀਸਰੀ ਕਲਾਸ ਪਰਿੰਦਿਆਂ ਦੀ ਹੈ, ਗਰੜ ਹੈ, ਕਬੂਤਰ ਹੈ, ਚਿੜੀਆਂ ਹਨ, ਤੋਤੇ ਵਗੈਰਾ ਹਨ। ਅਗਰ ਅਸੀਂ ਪੰਜਾਂ ਤੱਤਾਂ ਦੇ ਪੁਤਲੇ ਹੋ ਕੇ ਇਹਨਾਂ ਪਰਿੰਦਿਆਂ ਦੇ ਨਾਲ ਪਿਆਰ ਕਰਾਂਗੇ, ਪਰਿੰਦਿਆਂ ਦੀ ਭਗਤੀ ਕਰਾਂਗੇ, ਕੀ ਨਤੀਜਾ ਹੋਵੇਗਾ? ਤੋਤੇ ਬਣ ਜਾਵਾਂਗੇ, ਚਿੜੀਆਂ ਬਣ ਜਾਵਾਂਗੇ, ਕਬੂਤਰ ਬਣ ਜਾਵਾਂਗੇ, ਗਰੜ ਬਣ ਜਾਵਾਂਗੇ। ਅਸੀਂ ਤਾਂ ਇਨਸਾਨ ਦੇ ਜਾਮੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਸੀ। ਇਹਨਾਂ ਦੀ ਭਗਤੀ ਕਰਕੇ, ਇਹਨਾਂ ਨਾਲ ਪਿਆਰ ਕਰਕੇ ਉਤਲੇ ਉਲਟਾ ਇਹਨਾਂ ਦੇ ਜਾਮਿਆਂ ਵਿੱਚ ਆ ਜਾਂਦੇ ਹਾਂ। ਚੌਥੀ ਕਲਾਸ ਚੁਪਾਇਆ ਜਾਨਵਰਾਂ ਦੀ ਹੈ, ਜਿਨ੍ਹਾਂ ਅੰਦਰ ਸੈਂਸ ਨਹੀਂ ਹੁੰਦੀ, ਬੁੱਧੀ ਔਰ ਆਕਾਸ਼ ਨਹੀਂ ਹੁੰਦਾ, ਬਾਕੀ ਚਾਰੇ ਤੱਤ ਮੌਜੂਦ ਹੁੰਦੇ ਹਨ। ਇਸ ਵਾਸਤੇ ਇਹ ਵੀ ਸਾਡੀ ਭਗਤੀ ਔਰ ਪਿਆਰ ਦੇ ਕਾਬਲ ਨਹੀਂ ਹੋ ਸਕਦੇ। ਪੰਜਵੀਂ ਕਲਾਸ ਇਨਸਾਨਾਂ ਦੀ ਖੁਦ ਹੈ, ਔਰ ਉਹ ਪੰਜ ਤੱਤ ਸਾਡੇ ਹਰ ਇੱਕ ਦੇ ਅੰਦਰ ਮੌਜੂਦ ਹਨ। ਇਨਸਾਨ ਇਨਸਾਨ ਦੀ ਭਗਤੀ ਕਰੇ ਤਾਂ ਕਿਉਂ ਕਰੇ? ਖਾਸ ਕਰ ਅੱਜ ਕੱਲ੍ਹ ਦੇ ਜ਼ਮਾਨੇ ਅੰਦਰ ਜਦੋਂ ਸਾਡੇ ਹਰ ਇੱਕ ਦੇ ਇੱਕ ਜੈਸੇ ਹਕੂਕ ਹਨ। ਹੁਣ ਇਨਸਾਨ ਇਨਸਾਨ ਦੀ ਭਗਤੀ ਨਹੀਂ ਕਰਦਾ। ਮੱਝਾਂ ਗਾਈਆਂ ਦੀ ਬੋਲੀ ਸਮਝ ਨਹੀਂ ਆਉਂਦੀ, ਦੇਵੀ ਦੇਵਤੇ ਕਦੇ ਦੇਖੇ ਨਹੀਂ, ਮਾਲਕ ਦੀ ਸ਼ਕਲ ਰੰਗ ਰੂਪ ਦਾ ਕਿਸੇ ਨੂੰ ਪਤਾ ਨਹੀਂ। ਇਸ ਨੁਕਤੇ ਔਰ ਪੁਆਇੰਟ 'ਤੇ ਆ ਕੇ ਬੜੇ ਸੋਚ ਵਿੱਚ ਪੈ ਜਾਂਦੇ ਹਾਂ। ਆਖਰ ਇਸ ਰਚਨਾ ਦੇ ਅੰਦਰ ਕਿਹੜੀ ਚੀਜ਼ ਸਾਡੀ ਭਗਤੀ ਔਰ ਪਿਆਰ ਦੇ ਕਾਬਲ ਹੋ ਸਕਦੀ ਹੈ? ਕਿਸ ਦੀ ਭਗਤੀ, ਕਿਸ ਦਾ ਪਿਆਰ ਸਾਡੇ ਅੰਦਰ ਮਾਲਕ ਦਾ ਪਿਆਰ ਪੈਦਾ ਕਰ ਸਕਦਾ ਹੈ? ਹਜ਼ੂਰ ਮਹਾਰਾਜ ਜੀ ਬੜੀ ਸੁੰਦਰ ਮਿਸਾਲ ਦਿਆ ਕਰਦੇ ਸਨ ਕਿ ਕਮਰੇ ਦੇ ਅੰਦਰ ਤੁਸੀਂ ਬਹੁਤ ਸਾਰੇ ਰੇਡੀਓ ਰੱਖਦੇ ਹੋ, ਜਿਨ੍ਹਾਂ ਦਾ ਕੁਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਨਾ ਹੋਵੇ, ਤੁਸੀਂ ਕਦੇ ਵੀ ਕਿਸੇ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ। ਅਗਰ ਉਹਨਾਂ ਦਾ ਕੁਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਕਰਦੇ ਹੋ, ਜਿਸ ਮੁਲਕ ਦੀਆਂ ਚਾਹੇ ਤੁਸੀਂ ਖਬਰਾਂ ਸੁਣ ਸਕਦੇ ਹੋ। ਅਸੀਂ ਉਹਨਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਖੋਜ ਕਰਨੀ ਹੈ, ਜਿਨ੍ਹਾਂ ਦੀ ਲਿਵ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਕਰਦੇ ਹਾਂ ਤਾਂ ਕਿ ਉਹਨਾਂ ਦੇ ਜ਼ਰੀਏ ਸਾਡੀ ਵੀ ਲਿਵ, ਸਾਡਾ ਵੀ ਖਿਆਲ ਮਾਲਕ ਦੇ ਭਗਤੀ ਔਰ ਪਿਆਰ ਵਿੱਚ ਲੱਗ ਜਾਵੇ। ਕਿਉਂਕਿ ਉਹਨਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ, ਉਹ ਸ਼ਬਦ ਹੁੰਦਾ ਹੈ, ਨਾਮ ਹੁੰਦਾ ਹੈ, ਔਰ ਪਰਮਾਤਮਾ ਦਾ ਵੀ ਜਿਹੜਾ ਅਸਲੀ ਸਰੂਪ ਹੈ, ਉਹ ਸ਼ਬਦ ਹੈ, ਉਹ ਨਾਮ ਹੈ। ਗੁਰੂ ਨਾਨਕ ਸਾਹਿਬ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਹਨ, ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ। ਸਾਰੀ ਦੁਨੀਆ ਦੀ ਰਚਨਾ ਪਰਮਾਤਮਾ ਨੇ ਖੁਦ ਪੈਦਾ ਕੀਤੀ ਹੈ। ਖੰਡ ਪਤਾਲ ਦੀਪ ਵਗੈਰਾ ਜੋ ਕੁਛ ਵੀ ਹੈ, ਇਸ ਦਾ ਇੰਤਜ਼ਾਮ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਹੱਦ ਬ੍ਰਹਮ ਤਿਕਰ ਹੈ, ਤਲੋਕੀ ਤਿਕਰ ਹੈ। ਜੋ ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਹੈ, ਸਭ ਮਰਨ ਜੰਮਣ ਦੇ ਦੁੱਖਾਂ ਵਿੱਚ ਫਸੇ ਹੋਏ ਹਨ।
ਲੇਕਿਨ ਗੁਰੂ ਸਾਹਿਬ ਕਹਿੰਦੇ ਨਿਚਲ ਏਕ ਆਪ ਅਬਨਾਸ਼ੀ ਸੋ ਨਿਚਲ ਜੋ ਤਿਸੇ 'ਤੇ ਆਏਂਦਾ। ਲੇਕਿਨ ਰਚਨਾ ਕਰਨ ਵਾਲਾ ਉਹ ਪਰਮਾਤਮਾ ਨਿਚਲ ਹੈ, ਉਹ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ, ਉਹ ਸੱਚਖੰਡ ਵਿੱਚ ਬੈਠਾ ਹੁੰਦਾ ਹੈ। ਜਿਹੜੇ ਉਸ ਮਾਲਕ ਦੀ ਭਗਤੀ ਕਰਦੇ ਹਨ, ਉਸ ਮਾਲਕ ਨਾਲ ਪਿਆਰ ਕਰਦੇ ਹਨ, ਉਹ ਵੀ ਨਿਚਲ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਉਹ ਸਵਾਲ ਫਿਰ ਪੈਦਾ ਹੋਇਆ ਕਿ ਉਹ ਪਰਮਾਤਮਾ ਤਾਂ ਸੱਚਖੰਡ ਵਿੱਚ ਬੈਠਾ ਹੋਇਆ ਹੈ, ਉਹਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ, ਉਹਦੇ ਨਾਲ ਪਿਆਰ ਕਿਸ ਤਰ੍ਹਾਂ ਕਰਨਾ ਹੈ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ, ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੁੰਦਾ ਹੈ? ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰਲੇ ਸਰਲ ਸਮਾਏਂਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ 2-4 ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਫਿਰ ਉਹ ਲਹਿਰ ਵਾਪਸ ਜਾ ਕੇ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਰਿਸ਼ਤਾ ਹੈ, ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੁੰਦਾ ਹੈ। ਲਹਿਰ ਸਮੁੰਦਰ ਤੋਂ ਅਲੱਗ ਕਦੇ ਨਹੀਂ ਕੀਤੀ ਜਾ ਸਕਦੀ, ਕਿਤਨੀ ਵੀ ਉੱਚੀ ਕਿਉਂ ਨਾ ਉੱਠੇ, ਉਹ ਹਮੇਸ਼ਾ ਸਮੁੰਦਰ ਦਾ ਹਿੱਸਾ ਹੀ ਰਹੇਗੀ। ਇਸੇ ਤਰ੍ਹਾਂ ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ, ਸਤਨਾਮ ਦੇ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ, ਉਹ ਦੁਨੀਆਂ ਵਿੱਚ ਆ ਕੇ ਸ਼ਬਦ ਔਰ ਨਾਮ ਦਾ ਹੋਕਾ ਦਿੰਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ, ਔਰ ਸਾਨੂੰ ਨਾਲ ਲੈ ਕੇ ਉਸੇ ਸ਼ਬਦ ਔਰ ਨਾਮ ਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਪਰਮੇਸ਼ੁਰ ਇੱਕ ਹੋ ਜਾ। ਗੁਰਮੁਖਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਭਿੰਨ ਔਰ ਭੇਦ ਨਹੀਂ ਹੁੰਦਾ। ਬੁੱਲੇ ਸ਼ਾਹ ਨੇ ਕਿਹਾ ਸੀ, ਮੌਲਾ ਆਦਮੀ ਬਣ ਆਇਆ, ਉਹ ਪਰਮਾਤਮਾ ਦੁਨੀਆਂ ਵਿੱਚ ਇਨਸਾਨ ਦੇ ਜਾਮੇ ਅੰਦਰ ਆ ਗਿਆ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਰਾਧਾ ਸਵਾਮੀ ਤਰਾ ਨਰ ਰੂਪ, ਜਗਤ ਮੇਂ ਗੁਰ ਹੋਏ ਜੀਵ ਚਿਤਾਏ। ਰਾਧਾ ਸਵਾਮੀ ਮਤ ਤੋਂ ਮਤਲਬ ਕੁੱਲ ਪਰਮਾਤਮਾ ਹੈ। ਉਸ ਕੁੱਲ ਪਰਮਾਤਮਾ ਨੇ ਇਨਸਾਨ ਦੇ ਜਾਮੇ ਅੰਦਰ ਦੁਨੀਆਂ ਵਿੱਚ ਆ ਕੇ ਸਾਡੇ ਅੰਦਰ ਆਪਣੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕੀਤਾ ਹੈ। ਸੋ ਇਸੇ ਵਾਸਤੇ ਮਹਾਤਮਾ ਸਮਝਾਉਂਦੇ ਹਨ, ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਜਾਂਦੇ ਹਾਂ, ਗੁਰਮੁਖਾਂ ਦੀ ਸੋਭਤ ਵਿੱਚ ਜਾਂਦੇ ਹਾਂ। ਕ੍ਰਾਈਸਟ ਨੇ ਕਿਹਾ ਸੀ, ਆਈ ਐਂਡ ਮਾਈ ਫਾਦਰ ਆਰ ਵਨ, ਮੈਂ ਔਰ ਮੇਰਾ ਬਾਪ ਕਿਆ ਪਰਮਾਤਮਾ ਅਸੀਂ ਇੱਕੋ ਹੀ ਚੀਜ਼ ਹਾਂ। ਇਸ ਵਾਸਤੇ ਉਹਨਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੀ ਸੋਭਤ ਕਰਦੇ ਹਾਂ। ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਡਾ ਜਿਹੜਾ ਅਸਲੀ ਗੁਰੂ ਹੈ ਸ਼ਬਦ ਹੈ, ਜਿਹੜਾ ਅਸਲੀ ਸੇਵਕ ਹੈ ਉਹ ਆਤਮਾ ਹੈ। ਕਿਉਂਕਿ ਇਹ ਜਿਹੜਾ ਸਰੀਰ ਹੈ ਤਾਂ ਸੇਵਕ ਨੇ ਵੀ ਇੱਥੇ ਛੱਡ ਜਾਣਾ ਹੈ, ਗੁਰਮੁਖਾਂ ਨੇ ਵੀ ਇੱਥੇ ਛੱਡ ਜਾਣਾ ਹੈ, ਲੇਕਿਨ ਜੋ ਸੇਵਕ ਗੁਰਮੁਖਾਂ ਦੇ ਜ਼ਰੀਏ ਆਪਣੀ ਆਤਮਾ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜਦਾ ਹੈ, ਉਹ ਸ਼ਬਦ ਸੇਵਕ ਦੀ ਆਤਮਾ ਨੂੰ ਕਦੇ ਨਹੀਂ ਛੱਡਦਾ। ਸੋ ਅਸਲੀ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਅਸਲੀ ਜਿਹੜਾ ਸੇਵਕ ਹੈ ਉਹ ਆਤਮਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਸ਼ਬਦ ਮਿਲਾਵਾ ਹੋਤ ਹੈ ਦੇਹ ਮਿਲਾਵਾ ਨਾਹੀਂ। ਦੇਹ ਨੇ ਵਾਪਸ ਸੱਚਖੰਡ ਨਹੀਂ ਪਹੁੰਚਣਾ, ਸ਼ਬਦ ਨੇ ਖਿੱਚ ਕੇ ਸਾਨੂੰ ਵਾਪਸ ਪਰਮਾਤਮਾ ਨਾਲ ਲਿਜਾਉਣਾ ਹੈ। ਇਸ ਵਾਸਤੇ ਅਸੀਂ ਉਸ ਸ਼ਬਦ ਦੇ ਨਾਲ ਖਿਆਲ ਜੋੜਨ ਵਾਸਤੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਉਹਨਾਂ ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਗੁਰ ਸੇਵਾ ਅਤੇ ਸ਼ਬਦ ਪਛਾਤਾ। ਸਾਨੂੰ ਗੁਰਮੁਖਾਂ ਦੀ ਖੋਜ ਕਰਨੀ ਪੈਂਦੀ ਹੈ, ਸਾਧੂ ਸੰਤਾਂ ਮਹਾਤਮਾ ਦੀ ਸੋਭਤ ਕਰਨੀ ਪੈਂਦੀ ਹੈ। ਉਹ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹਨ, ਨਾਮ ਦੇ ਨਾਲ ਜੋੜ ਦਿੰਦੇ ਹਨ। ਜਿਸ ਵਕਤ ਅਸੀਂ ਉਹਨਾਂ ਦੇ ਸਮਝਾਉਣ ਦੇ ਮੁਤਾਬਕ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਸਾਡਾ ਦੁਨੀਆਂ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਪਰਮਾਤਮਾ ਨਾਲ ਸਾਡਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ।
ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਗੁਰ ਸ਼ਬਦ ਦੀ ਸੱਚੀ ਲਿਵ ਲਾਏ। ਜਿਸ ਤਰ੍ਹਾਂ ਅਸੀਂ ਗੁਰਮੁਖਾਂ ਦੀ ਸਭ ਸੋਭਤ ਵਿੱਚ ਆਉਣ ਤੋਂ ਪਹਿਲਾਂ ਝੂਠੀ ਦੁਨੀਆ ਝੂਠੀ ਦੁਨੀਆ ਦੇ ਝੂਠੇ ਮੋਹ ਔਰ ਝੂਠੇ ਪਿਆਰ ਵਿੱਚ ਫਸੇ ਹੋਏ ਸੀ, ਗੁਰਮੁਖਾਂ ਕੋਲ ਆ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਨ ਦੇ ਨਾਲ ਸੱਚੇ ਪਰਮਾਤਮਾ ਦੀ ਸੱਚੀ ਭਗਤੀ ਸੱਚੇ ਪਿਆਰ ਵਿੱਚ ਲੱਗ ਜਾਂਦੇ ਹਾਂ। ਕਿਉਂਕਿ ਉਸ ਸ਼ਬਦ ਔਰ ਨਾਮ ਦੀ ਲੱਜ਼ਤ ਇਤਨੀ ਉੱਚੀ ਔਰ ਸੁੱਚੀ ਹੈ, ਉਸ ਲੱਜ਼ਤ ਨੂੰ ਪਾ ਕੇ ਆਪਣੇ ਆਪ ਹੀ ਸਾਡੇ ਮਨ ਦੇ ਅੰਦਰੋਂ ਦੁਨੀਆ ਦਾ ਮੋਹ ਨਿਕਲ ਜਾਂਦਾ ਹੈ, ਦੁਨੀਆ ਦਾ ਪਿਆਰ ਨਿਕਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਲਾਏ। ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ, ਉਸਦੀ ਲੱਜ਼ਤ ਬਹੁਤ ਜ਼ਿਆਦਾ ਮਿੱਠੀ ਹੈ। ਮਿੱਠੀ ਕਿਉਂ ਕਹਿੰਦੇ ਹਨ? ਕਿਉਂਕਿ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਇਹ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਣ, ਉਹ ਫਿਰ ਕੌਡੀਆਂ ਮਗਰ ਦਰਬਦਰ ਠੋਕਰਾਂ ਨਹੀਂ ਖਾਂਦੇ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਲੋ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਉਹ ਜਿਹੜੀ ਸ਼ਬਦ ਔਰ ਨਾਮ ਦੀ ਅਟੈਚਮੈਂਟ ਹੈ, ਉਹ ਹਮੇਸ਼ਾ ਵਾਸਤੇ ਸਾਨੂੰ ਦੁਨੀਆ 'ਚੋਂ ਡਿਟੈਚ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਵਾਸਤੇ ਕਿਸੇ ਮਹਾਤਮਾ ਦੀ ਅੱਛੀ ਤਰ੍ਹਾਂ ਬਾਣੀ ਪੜ੍ਹ ਕੇ ਦੇਖੋ, ਪੱਤਰਾ ਪੱਤਰਾ ਤੁਕ ਤੁਕ ਉਸ ਸ਼ਬਦ ਦੀ ਮਹਿਮਾ ਕਰਦਾ ਹੈ। ਮੈਂ ਹਮੇਸ਼ਾ ਅਰਜ਼ ਕਰਦਾ ਹਾਂ ਕਿ ਜਿਤਨੇ ਵੀ ਸਾਡੇ ਮਜ਼ਹਬ ਹਨ, ਇਹਨਾਂ ਦੇ ਰਸਮੋ ਰਿਵਾਜ਼, ਸ਼ਰੀਅਤ ਕਹਿ ਲਓ, ਰਹਿਣ ਸਹਿਣ ਦਾ ਤਰੀਕਾ, ਸਭ ਦਾ ਆਪੋ ਆਪਣਾ ਹੈ। ਲੇਕਿਨ ਜਿਹੜੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਐਸੈਂਸ ਔਫ ਟਰੁੱਥ ਹੈ, ਬੇਸ ਔਫ ਸਪਿਰਚੁਐਲਿਟੀ ਹੈ, ਉਹ ਹਰ ਇੱਕ ਮਜ਼ਹਬ ਦੀ ਤਹਿ ਦੇ ਅੰਦਰ ਇੱਕੋ ਹੀ ਚੀਜ਼ ਹੁੰਦੀ ਹੈ। ਮਹਾਤਮਾ ਕੇਵਲ ਦੁਨੀਆ ਅੰਦਰ ਉਸ ਰੂਹਾਨੀਅਤ ਦਾ ਪ੍ਰਚਾਰ ਕਰਨ ਵਾਸਤੇ ਆਉਂਦੇ ਹਨ। ਜਿਤਨਾ ਚਿਰ ਅਸੀਂ ਉਸ ਰੂਹਾਨੀਅਤ ਦੇ ਰੰਗ ਵਿੱਚ ਨਹੀਂ ਰੰਗੇ ਜਾਵਾਂਗੇ, ਕਿਸੇ ਕੌਮ ਦੇ ਅੰਦਰ ਹੋਈਏ, ਕਿਸੇ ਮਜ਼ਹਬ ਔਰ ਮੁਲਕ ਦੇ ਅੰਦਰ ਹੋਈਏ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਉਸ ਰੂਹਾਨੀਅਤ ਨੂੰ ਮੁਖਤਲਿਫ ਮਹਾਤਮਾ ਨੇ ਮੁਖਤਲਿਫ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਬੈਠ ਕੇ ਮੁਖਤਲਿਫ ਲਫਜ਼ਾਂ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ 'ਤੇ ਮੁਸਲਮਾਨ ਫਕੀਰਾਂ ਨੇ ਉਸਨੂੰ ਬਾਂਗੇ ਅਸਮਾਨੀ, ਕਲਾਮੇ ਅਲਾਹੀ, ਨਦਾਏ ਸੁਲਤਾਨੀ, ਕਲਮਾ ਕੁਨ, ਹੋਰ ਕਈ ਲਫਜ਼ਾਂ ਨਾਲ ਯਾਦ ਕੀਤਾ ਹੈ। ਰਿਖੀਆਂ ਮੁਨੀਆਂ ਨੇ ਆਕਾਸ਼ ਬਾਣੀ, ਰਾਮ ਨਾਮ, ਰਾਮ ਤੁਨ, ਨਿਰਮਲ ਨਾ, ਦਿਬ ਤੁਨੀ, ਹੋਰ ਕਈ ਲਫਜ਼ਾਂ ਨਾਲ ਯਾਦ ਕੀਤਾ ਹੈ। ਕ੍ਰਾਈਸਟ ਨੇ ਉਸਨੂੰ ਹੋਲੀ ਗੋਸਟ ਕਿਹਾ ਹੈ, ਸਪਿਰਿਟ ਕਿਹਾ ਹੈ, ਨੇਮ ਕਿਹਾ ਹੈ, ਵਰਡ ਕਿਹਾ ਹੈ, ਲੋਗਸ ਕਹਿ ਕੇ ਯਾਦ ਕੀਤਾ ਹੈ। ਆਮ ਸੰਤਾਂ ਮਹਾਤਮਾ ਨੇ ਸ਼ਬਦ ਔਰ ਨਾਮ ਕਹਿ ਕੇ ਸਮਝਾਇਆ ਹੈ। ਗੁਰੂ ਘਰ ਨੇ ਗੁਰ ਕੀ ਬਾਣੀ, ਤੁਰ ਕੀ ਬਾਣੀ, ਸੱਚੀ ਬਾਣੀ, ਅਮਰ ਹੁਕਮ, ਅਕਥ ਕਥਾ, ਹਰੀ ਕੀਰਤਨ, ਹੋਰ ਕਈ ਲਫਜ਼ਾਂ ਨਾਲ ਯਾਦ ਕੀਤਾ ਹੈ। ਚਾਈਨੀਜ਼ ਉਸੇ ਰੂਹਾਨੀਅਤ ਨੂੰ ਟਾਓ ਕਹਿ ਕੇ ਸਮਝਾਉਂਦੇ ਹਨ। ਜਿਤਨਾ ਚਿਰ ਸਾਡਾ ਮਨ ਉਸ ਰੂਹਾਨੀਅਤ ਦੀ ਲੱਜ਼ਤ ਨਹੀਂ ਲੈਂਦਾ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਕਿਸੇ ਹਾਲਤ ਅੰਦਰ ਛੁਟਕਾਰਾ ਨਹੀਂ ਹੋ ਸਕਦਾ। ਇਸ ਰੂਹਾਨੀਅਤ ਦਾ ਸ਼ਰੀਅਤ ਦੇ ਨਾਲ ਇਸੇ ਤਰ੍ਹਾਂ ਦਾ ਰਿਸ਼ਤਾ ਹੈ ਜਿਸ ਤਰ੍ਹਾਂ ਇੱਕ ਬੜੀ ਖੂਬਸੂਰਤ ਫੋਟੋ ਦਾ ਫਰੇਮ ਦੇ ਨਾਲ ਰਿਸ਼ਤਾ ਹੁੰਦਾ ਹੈ। ਕਿਉਂਕਿ ਕੀਮਤ ਫੋਟੋ ਦੀ ਹੈ, ਕੀਮਤ ਫਰੇਮ ਦੀ ਨਹੀਂ ਹੁੰਦੀ। ਫਰੇਮ ਤਾਂ ਫੋਟੋ ਨੂੰ ਸੰਭਾਲ ਕੇ ਰੱਖਣ ਵਾਸਤੇ ਹੁੰਦਾ ਹੈ। ਤੁਸੀਂ ਜਾਣਦੇ ਹੋ ਕੀਮਤ ਜ਼ੇਵਰ ਦੀ ਹੁੰਦੀ ਹੈ, ਡੱਬਾ ਤਾਂ ਜ਼ੇਵਰਾਂ ਨੂੰ ਰੱਖਣ ਵਾਸਤੇ ਹੁੰਦਾ ਹੈ। ਕੰਮ ਤਲਵਾਰ ਨੇ ਦੇਣਾ ਹੈ, ਇਹ ਜਿਹੜਾ ਮਿਆਰ ਹੈ ਤਾਂ ਰੱਖਣ ਵਾਸਤੇ ਕੀਤਾ ਜਾਂਦਾ ਹੈ। ਅਸਲੀ ਜਿਹੜੀ ਚੀਜ਼ ਹੈ ਉਹ ਮਜ਼ਹਬਾਂ ਦੀ ਰੂਹਾਨੀਅਤ ਹੈ, ਸ਼ਰੀਅਤ ਉਸਨੂੰ ਉਸਦੇ ਪ੍ਰਚਾਰ ਵਾਸਤੇ ਹੁੰਦੀ ਹੈ।
ਹੈ ਔਰ ਉਸ ਨੂੰ ਸੰਭਾਲ ਕੇ ਰੱਖਣ ਵਾਸਤੇ ਹੁੰਦੀ ਹੈ। ਲੇਕਿਨ ਸ਼ਰੀਅਤ ਇਤਨੀ ਸਖਤ ਨਹੀਂ ਹੋਣੀ ਚਾਹੀਦੀ ਕਿ ਉਹਦੇ ਅੰਦਰੋਂ ਰੂਹਾਨੀਅਤ ਦੀ ਖੁਸ਼ਬੂ ਹੀ ਹਮੇਸ਼ਾ ਵਾਸਤੇ ਖਤਮ ਹੋ ਜਾਵੇ। ਇਹ ਜਿਤਨੇ ਵੀ ਸਾਡੇ ਮਜ਼ਹਬ ਹਨ, ਇਹ ਤਾਂ ਹੁਣ ਉਸ ਰੂਹਾਨੀਅਤ ਉੱਤੇ ਖੋਲ ਚੜ੍ਹ ਗਏ ਹਨ। ਰੂਹਾਨੀਅਤ ਗੁੰਮ ਹੋ ਚੁੱਕੀ ਹੈ, ਉਹ ਖੋਲ ਹੀ ਖੋਲ ਸਾਨੂੰ ਨਜ਼ਰ ਆਉਂਦੇ ਹਨ ਔਰ ਰੂਹਾਨੀਅਤ ਹੁਣ ਸਾਨੂੰ ਉਹਨਾਂ ਮਜ਼ਹਬਾਂ ਵਿੱਚ ਨਜ਼ਰ ਨਹੀਂ ਆਉਂਦੇ। ਲੇਕਿਨ ਜਿਨ੍ਹਾਂ ਦੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਪੈਦਾ ਹੋ ਜਾਂਦਾ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ, ਇਹ ਰਸਮਾਂ ਰਿਵਾਜ਼ਾਂ ਦੀ ਜ਼ੰਜੀਰਾਂ ਵੀ ਤੋੜ ਦਿੰਦੇ ਹਨ, ਉਹ ਮਜ਼ਹਬਾਂ ਦੇ ਖੋਲਾਂ 'ਚੋਂ ਵੀ ਬਾਹਰ ਨਿਕਲ ਆਉਂਦੇ ਹਨ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਗਿਰਜਿਆਂ ਤੋਂ ਵੀ ਅੱਗੇ ਨਿਕਲ ਜਾਂਦੇ ਹਨ। ਕਿਉਂਕਿ ਤੁਸੀਂ ਦੇਖੋ, ਜਿਹੜੀ ਨੀਡਲ ਹੈ ਇਹ ਹਮੇਸ਼ਾ ਮੈਗਨੇਟ ਦੀ ਤਰ੍ਹਾਂ ਖਿੱਚੀ ਚਲੀ ਜਾਂਦੀ ਹੈ। ਅਗਰ ਉਸ ਨੀਡਲ ਦੇ ਉੱਤੇ ਤੁਸੀਂ ਪੱਥਰ ਦਾ ਬੋਝ ਰੱਖ ਦੇਵੋ, ਉਹ ਨੀਡਲ ਮਜਬੂਰ ਹੋ ਜਾਂਦੀ ਹੈ, ਲਾਚਾਰ ਹੋ ਜਾਂਦੀ ਹੈ। ਤੁਸੀਂ ਪੱਥਰ ਦਾ ਬੋਝ ਹਟਾ ਦਿਓ, ਨੀਡਲ ਨੇ ਆਪਣੇ ਆਪ ਹੀ ਮੈਗਨੇਟ ਤੱਕ ਚਲੇ ਜਾਣਾ ਹੈ। ਆਤਮਾ ਦੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਹੈ, ਸੱਚਾ ਪ੍ਰੇਮ ਹੈ, ਸੱਚਾ ਪਿਆਰ ਹੈ। ਅਸੀਂ ਇਸ ਦੇ ਉੱਤੇ ਮਜ਼ਹਬਾਂ ਦਾ ਬੋਝ ਪਾ ਦਿੱਤਾ ਹੈ, ਸ਼ਰੀਅਤ ਦਾ ਬੋਝ ਪਾ ਦਿੱਤਾ ਹੈ, ਮਨ ਨੇ ਕਰਮਾਂ ਦਾ ਬੋਝ ਪਾ ਦਿੱਤਾ ਹੈ। ਜਦੋਂ ਬੋਝ ਹਟਾ ਦਿਆਂਗੇ, ਆਤਮਾ ਦੇ ਅੰਦਰ ਇਸ਼ਕ ਪੈਦਾ ਹੋ ਜਾਂਦਾ ਹੈ, ਉਹ ਆਪਣੇ ਆਪ ਹੀ ਸਿੱਧੀ ਜਾ ਕੇ ਪਰਮਾਤਮਾ ਨੂੰ ਮਿਲ ਜਾਂਦੀ ਹੈ। ਇਸ ਵਾਸਤੇ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਸੱਚਾ ਇਸ਼ਕ ਪੈਦਾ ਕਰੋ, ਸੱਚਾ ਪਿਆਰ ਪੈਦਾ ਕਰੋ। ਸੱਚਾ ਪਿਆਰ ਕਿਸ ਤਰ੍ਹਾਂ ਪੈਦਾ ਹੁੰਦਾ ਹੈ? ਸ਼ਬਦ ਦੀ ਕਮਾਈ ਨਾਲ ਹੁੰਦਾ ਹੈ, ਨਾਮ ਦੀ ਕਮਾਈ ਨਾਲ ਹੁੰਦਾ ਹੈ, ਕਿਉਂਕਿ ਮਨ ਲੱਜ਼ਤ ਦਾ ਆਸ਼ਕ ਹੈ। ਜਿਤਨਾ ਚਿਰ ਇਸ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲਦਾ, ਇਹ ਦੁਨੀਆ ਦਾ ਮੋਹ ਔਰ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਇਸ ਵਾਸਤੇ ਗੁਰਮੁਖ ਸਾਡੇ ਖਿਆਲ ਨੂੰ ਉਸ ਸ਼ਬਦ ਦੇ ਨਾਲ ਜੋੜਦੇ ਹਨ, ਉਸ ਨਾਮ ਦੇ ਨਾਲ ਜੋੜਦੇ ਹਨ। ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤ ਸਾਹੀ ਜੋਗ ਜੋਗ ਸਰਕਾਰ ਬਣਾਈ ਹੈ। ਬੜੇ ਸੁੰਦਰ ਤਰੀਕੇ ਨਾਲ ਫਰਮਾਉਂਦੇ ਹਨ, ਇੱਕ ਪਰਮਾਤਮਾ ਹੈ, ਉਸਦਾ ਹੁਕਮ ਕਾਨੂੰਨ ਕੌਸਮਿਕ ਲਾ ਸਾਰੀ ਦੁਨੀਆ ਵਾਸਤੇ ਇੱਕੋ ਹੀ ਹੈ। ਸੰਤ ਮਹਾਤਮਾ ਉਸ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਹਨ, ਜਿਹੜੀਆਂ ਕਿ ਹਰ ਯੁੱਗ ਦੇ ਅੰਦਰ ਆਉਂਦੀਆਂ ਹਨ ਔਰ ਉਸ ਦੇ ਹੁਕਮ ਦੇ ਨਾਲ ਆਉਂਦੀਆਂ ਹਨ, ਹੁਕਮ ਦਾ ਵਰਤਾਓ ਔਰ ਪ੍ਰਚਾਰ ਕਰਨ ਵਾਸਤੇ ਆਉਂਦੀਆਂ ਹਨ ਔਰ ਵਾਪਸ ਜਾ ਕੇ ਉਸੇ ਹੁਕਮ ਔਰ ਉਸੇ ਸ਼ਬਦ ਔਰ ਨਾਮ ਦੇ ਵਿੱਚ ਜਾ ਕੇ ਸਮਾ ਜਾਂਦੀਆਂ ਹਨ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਮਾਲਕ ਨੇ ਮਿਲਣ ਆਪਣੇ ਮਿਲਣ ਵਾਸਤੇ ਕੇਵਲ ਇੱਕੋ ਕੁਦਰਤੀ ਕਾਨੂੰਨ ਤਰੀਕਾ ਰੱਖਿਆ ਹੋਇਆ ਹੈ ਕਿ ਜਦੋਂ ਵੀ ਉਹ ਸਾਨੂੰ ਮਿਲਦਾ ਹੈ, ਸ਼ਬਦ ਔਰ ਨਾਮ ਦੀ ਕਮਾਈ ਦੇ ਜ਼ਰੀਏ ਮਿਲਦਾ ਹੈ ਔਰ ਜਦੋਂ ਵੀ ਸਾਡਾ ਖਿਆਲ ਸ਼ਬਦ ਔਰ ਨਾਮ ਦੇ ਨਾਲ ਜੁੜੇਗਾ, ਗੁਰਮੁਖਾਂ ਦੇ ਜ਼ਰੀਏ ਜੁੜੇਗਾ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਜੁੜੇਗਾ। ਔਰ ਗੁਰੂ ਸਾਹਿਬ ਕਹਿੰਦੇ ਐਸੇ ਸੰਤ ਮਹਾਤਮਾ ਦੁਨੀਆਂ ਵਿੱਚ ਆਉਂਦੇ ਰਹਿੰਦੇ ਹਨ। ਇਸੇ ਵਾਸਤੇ ਬਾਣੀ ਵਿੱਚ ਆਉਂਦਾ ਹੈ, ਜੁਗ ਜੁਗ ਪੀੜ੍ਹੀ ਗੁਰੂ ਚਲੰਦੀ, ਗੁਰੂਆਂ ਗੁਰਮੁਖਾਂ ਦੀ ਤਾਂ ਹਰ ਯੁੱਗ ਦੇ ਅੰਦਰ ਹਰ ਯੁੱਗ ਦੇ ਅੰਦਰ ਗੁਰਮੁਖ ਆਉਂਦੇ ਰਹੇ ਹਨ। ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ, ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ,
ਸੋ ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਜਦੋਂ ਵੀ ਅਸੀਂ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਾਂਗੇ ਤਾਂ ਹੀ ਇਸੇ ਤਰੀਕੇ ਨਾਲ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ। ਜਿਸ ਸ਼ਬਦ ਔਰ ਨਾਮ ਦੀ ਮਹਾਤਮਾ ਮਹਿਮਾ ਕਰਦੇ ਹਨ, ਇਹ ਲਫਜ਼ ਨਹੀਂ ਹੈ, ਉਹ ਕ੍ਰੀਏਟਿਵ ਪਾਵਰ ਹੈ ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਦੇ ਜ਼ਰੀਏ ਮਾਲਕ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਜਿੱਦਣ ਮਾਲਕ ਨੇ ਦੁਨੀਆ 'ਚੋਂ ਸ਼ਬਦ ਨੂੰ ਨਿਕਾਲ ਲੈਣਾ ਹੈ ਤਾਂ ਪਰਲੇ ਮਹਾਪਰਲੇ ਹੋ ਜਾਣੀ ਹੈ। ਹਜ਼ੂਰ ਫਰਮਾਇਆ ਕਰਦੇ ਸਨ, ਇਹ ਜਿਹੜੀ ਪ੍ਰਿਥਵੀ ਹੈ ਇਹ ਪਾਣੀ ਵਿੱਚ ਘੁਲ ਜਾਂਦੀ ਹੈ, ਪਾਣੀ ਨੂੰ ਅਗਨੀ ਖੁਸ਼ ਕਰਦੀ ਹੈ, ਅਗਨੀ ਨੂੰ ਹਵਾ ਉਡਾਉਂਦੀ ਹੈ, ਹਵਾ ਨੂੰ ਆਕਾਸ਼ ਖਾ ਜਾਂਦਾ ਹੈ, ਇਹ ਸਾਰੀ ਦੁਨੀਆ ਦੇ ਅੰਦਰ ਧੁੰਦੋਕਾਰ ਛਾ ਜਾਂਦਾ ਹੈ। ਅਸੀਂ ਉਸ ਸ਼ਬਦ ਦੀ ਖੋਜ ਕਰਨੀ ਹੈ ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਉਹ ਸ਼ਬਦ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ, ਕਾਇਆ ਅੰਦਰ ਵਸਤਾ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ। ਇਹ ਜਿਹੜਾ ਸਾਡਾ ਸਰੀਰ ਹੈ ਇਹ ਕੇਵਲ ਹੱਡ ਜੰਮ ਮਾਸ ਦਾ ਹੀ ਬਣਿਆ ਹੋਇਆ ਨਹੀਂ ਹੈ, ਪੰਜ ਛੇ ਫੁੱਟ ਲੰਬਾ ਮਿੱਟੀ ਦਾ ਪੁਤਲਾ ਹੀ ਨਹੀਂ ਹੈ। ਇਸ ਦੇ ਅੰਦਰ ਪਰਮਾਤਮਾ ਨੇ ਬੇਸ਼ੁਮਾਰ ਵਸਤੂ ਬੇਸ਼ੁਮਾਰ ਭੰਡਾਰ ਰੱਖੇ ਹੋਏ ਹਨ। ਇੱਥੋਂ ਤਿਕਰ ਖੁਦ ਪਰਮਾਤਮਾ ਸਰੀਰ ਦੇ ਅੰਦਰ ਬੈਠ ਗਿਆ ਹੈ ਔਰ ਆਪਣੇ ਤਿਕਰ ਪਹੁੰਚਣ ਦਾ ਰਸਤਾ ਵੀ ਪਰਮਾਤਮਾ ਨੇ ਸਾਡੇ ਸਰੀਰ ਦੇ ਅੰਦਰ ਰੱਖ ਦਿੱਤਾ ਹੈ। ਲੇਕਿਨ ਇਸ ਚੀਜ਼ ਦੀ ਸੁਲਝੀ ਔਰ ਸਮਝ ਕਦੋਂ ਆਉਂਦੀ ਹੈ? ਗੁਰਮੁਖ ਸਾਚ ਮਿਲਾ ਤਾਂ ਵੇਖਾਂ, ਕੋਈ ਸੱਚਾ ਮਾਲਕ ਦਾ ਭਗਤ ਔਰ ਪਿਆਰਾ ਮਿਲ ਜਾਵੇ, ਉਹ ਸਾਨੂੰ ਤਰੀਕਾ ਔਰ ਸਾਧਨ ਸਮਝਾ ਦੇਵੇ, ਫਿਰ ਅਸੀਂ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ। ਉਹ ਕੀ ਸਮਝਾਉਂਦੇ ਹਨ? ਨੌਂ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ। ਉਹ ਸਮਝਾਉਂਦੇ ਹਨ ਕਿ ਸਾਡਾ ਜਿਹੜਾ ਰੂਹਾਨੀ ਸਫ਼ਰ ਹੈ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ। ਇਹ ਸਫ਼ਰ ਦੀਆਂ ਦੋ ਮੰਜ਼ਿਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਉਹ ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਹੈ, ਜਿਸ ਨੂੰ ਮੁਸਲਮਾਨ ਫਕੀਰਾਂ ਨੇ ਨੁਕਤਾ ਸ਼ਾਇਦਾ ਕਹਿ ਕੇ ਯਾਦ ਕੀਤਾ ਹੈ। ਕ੍ਰਾਈਸਟ ਨੇ ਸਿੰਗਲ ਆਈ ਥਰਡ ਆਈ ਕਹਿ ਕੇ ਬਿਆਨ ਕੀਤਾ ਹੈ। ਗੁਰੂ ਘਰ ਨੇ ਘਰ ਦਰ ਜਾਂ ਮੁਕਤੀ ਦਾ ਦਰਵਾਜ਼ਾ ਜਾਂ ਦਸਵਾਂ ਕਹਿ ਕੇ ਬਿਆਨ ਕੀਤਾ ਹੈ। ਰਿਖੀ ਮੁਨੀ ਸ਼ਿਵ ਲੇਤਰ ਦਿਵ ਚਕਸ਼ੂ ਕਹਿ ਕੇ ਬਿਆਨ ਕਰਦੇ ਹਨ, ਮਹਾਤਮਾ ਤਿਲ ਕਹਿ ਕੇ ਵੀ ਸਮਝਾਉਂਦੇ ਹਨ। ਇੱਥੋਂ ਖਿਆਲ ਉੱਤਰ ਕੇ ਇਹਨਾਂ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਅਸੀਂ ਇਸੇ ਫੈਲੇ ਹੋਏ ਖਿਆਲ ਨੂੰ ਫਿਰ ਵਾਪਸ ਰਿਟਰੇਸ ਕਰਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਸੋ ਗੁਰੂ ਸਾਹਿਬ ਕਹਿੰਦੇ, ਅੱਖਾਂ ਤੋਂ ਨੀਚੇ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਜਿਹੜਾ ਤੁਹਾਡੇ ਅਸਲੀ ਘਰ ਦਾ ਦਰਵਾਜ਼ਾ ਹੈ ਉਹ ਤਾਂ ਮਾਲਕ ਨੇ ਅੱਖਾਂ ਦੇ ਪਿੱਛੇ ਲਗਾਇਆ ਹੋਇਆ ਹੈ। ਉਸਦੀ ਨਿਸ਼ਾਨੀ ਕੀ ਰੱਖੀ ਹੈ? ਅਨਹਦ ਸ਼ਬਦ ਵਜਾਵਣਿਆ। ਤੁਹਾਡੇ ਘਰ ਦੇ ਦਰਵਾਜ਼ੇ 'ਤੇ ਅਨਹਦ ਸ਼ਬਦ ਧੁਨਕਾਰਾਂ ਦੇ ਰਿਹਾ ਹੈ, ਉਹ ਵੱਜਦਾ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਇੱਥੇ ਕਿਸੇ ਕੌਮ ਦੀ, ਮਜ਼ਹਬ ਦੀ, ਮੁਲਕ ਦੀ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਇਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਨੂੰ ਇਕੱਠਾ ਕਰਦਾ ਹੈ ਉਹ ਆਪਣੇ ਅੰਦਰੋਂ ਉਸ ਸ਼ਬਦ ਦੀਆਂ ਧੁਨਕਾਰ ਧੁਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਆਵਾਜ਼ ਨੂੰ ਪਕੜਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਰੋਸ਼ਨੀ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁੱਖ ਕਾਇਮ ਕਰਨਾ ਹੈ, ਉਸ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਰੂਹਾਨੀ ਸਫ਼ਰ ਤੈਅ ਕਰਨਾ ਹੈ ਔਰ ਫਿਰ ਮੰਜ਼ਿਲ ਦਰ ਮੰਜ਼ਿਲ ਆਪਣੇ ਘਰ ਵਾਪਸ ਪਹੁੰਚ ਜਾਣਾ ਹੈ। ਇਹਨੂੰ ਮਹਾਤਮਾ ਨੇ ਸੱਚਾ ਸ਼ਬਦ ਔਰ ਸੱਚਾ ਨਾਮ ਕਹਿ ਕੇ ਬਿਆਨ ਕੀਤਾ ਹੈ। ਗ੍ਰੰਥਾਂ, ਪੋਥੀਆਂ, ਵੇਦਾਂ, ਸ਼ਾਸਤਰਾਂ ਵਿੱਚ ਮਹਾਤਮਾ ਸੱਚੇ ਸ਼ਬਦ ਦੀ ਮਹਿਮਾ ਕਰਦੇ ਹਨ।
ਉਹਨਾਂ ਨੂੰ ਪੜ੍ਹਨ ਦੇ ਨਾਲ ਸ਼ਬਦ ਦੀ ਕਮਾਈ ਕਰਨ ਦਾ ਤਰੀਕਾ ਪਤਾ ਲੱਗ ਜਾਂਦਾ ਹੈ, ਸਾਧਨ ਪਤਾ ਲੱਗ ਜਾਂਦਾ ਹੈ। ਲੇਕਿਨ ਉਹ ਸੱਚਾ ਸ਼ਬਦ ਗ੍ਰੰਥਾਂ ਪੋਥੀਆਂ ਵਿੱਚੋਂ ਨਹੀਂ ਮਿਲਣਾ, ਮੰਦਰਾਂ ਮਸਤਾਂ ਗੁਰਦੁਆਰਿਆਂ ਵਿੱਚੋਂ ਨਹੀਂ ਮਿਲਣਾ, ਉਹ ਸਾਨੂੰ ਸਾਡੇ ਸਰੀਰ 'ਚੋਂ ਮਿਲਣਾ ਹੈ, ਸਾਨੂੰ ਸਾਡੀ ਦੇਹ ਔਰ ਸਾਡੇ ਵਜੂਦ 'ਚੋਂ ਮਿਲਣਾ ਹੈ। ਉੱਥੋਂ ਗ੍ਰੰਥਾਂ ਪੋਥੀਆਂ 'ਚੋਂ ਤਾਂ ਨਾਮ ਦੀ ਕਮਾਈ ਕਰਨ ਦਾ ਤਰੀਕਾ ਪਤਾ ਲੱਗਦਾ ਹੈ, ਸਾਧਨ ਪਤਾ ਲੱਗਦਾ ਹੈ। ਇਸ ਵਾਸਤੇ ਪੜ੍ਹਨ ਪੜ੍ਹਾਉਣ ਦੇ ਅੰਦਰ ਮੁਕਤੀ ਨਹੀਂ ਹੈ, ਜੋ ਕੁਛ ਪੜ੍ਹਦੇ ਹਾਂ ਉਸ ਦੇ ਉੱਤੇ ਅਮਲ ਕਰਨ ਦੇ ਉੱਤੇ ਮੁਕਤੀ ਹੈ। ਡਾਕਟਰ ਦੀਆਂ ਕਿਤਾਬਾਂ ਵਿੱਚ ਤਾਂ ਕੇਵਲ ਨੁਸਖੇ ਲਿਖੇ ਹੋਏ ਹੁੰਦੇ ਹਨ, ਦਵਾਈ ਤਾਂ ਡਾਕਟਰ ਦੀ ਅਲਮਾਰੀ ਵਿੱਚ ਹੁੰਦੀ ਹੈ। ਸੋ ਅਗਰ ਕੋਈ ਬਿਮਾਰ ਡਾਕਟਰਾਂ ਦੀਆਂ ਕਿਤਾਬਾਂ ਹੀ ਦਿਨ ਰਾਤ ਲੈ ਕੇ ਪੜ੍ਹਦਾ ਰਹੇ, ਉਹਦੇ ਜਿਸਮ 'ਚੋਂ ਬਿਮਾਰੀ ਤਾਂ ਕਦੇ ਦੂਰ ਨਹੀਂ ਹੋ ਸਕਦੀ, ਜਿਤਨਾ ਚਿਰ ਉਸ ਨੁਸਖਿਆਂ ਦੇ ਮੁਤਾਬਕ ਉਹ ਦਵਾਈਆਂ ਦਾ ਇਸਤੇਮਾਲ ਨਹੀਂ ਕਰਦਾ। ਇਸ ਵਾਸਤੇ ਪੜ੍ਹਨਾ ਹੋਰ ਚੀਜ਼ ਹੈ, ਉਸਦੇ ਉੱਤੇ ਅਮਲ ਕਰਨਾ ਕੋਈ ਹੋਰ ਚੀਜ਼ ਹੈ। ਅਗਰ ਤੁਸੀਂ ਖਾਣਾ ਬਣਾਉਣ ਦੀ ਕਿਤਾਬ ਲੈ ਕੇ ਸਾਰਾ ਦਿਨ ਪੜ੍ਹਦੇ ਰਹੋ, ਨਾ ਪੇਟ ਭਰੇਗਾ ਨਾ ਸਵਾਦ ਆਵੇਗਾ। ਅਗਰ ਉਸ ਕਿਤਾਬ ਦੇ ਮੁਤਾਬਕ ਰਾਸ਼ਨ ਲਿਆ ਕੇ ਖਾਣਾ ਬਣਾ ਲਓ, ਪੇਟ ਵੀ ਭਰ ਜਾਵੇਗਾ, ਸਵਾਦ ਵੀ ਆ ਜਾਵੇਗਾ। ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਭੁੱਲੇ ਬੈਠੇ ਹਾਂ, ਪੜ੍ਹੀ ਜਾਓ ਅੱਗੇ ਗੁਰੂ ਸਾਹਿਬ ਸਮਝਾਉਣਗੇ, ਆਪੇ ਮੁਕਤੀ ਹੋ ਜਾਵੇਗੀ। ਇਸ ਵਾਸਤੇ ਆਪ ਫਰਮਾਉਂਦੇ ਹਨ, ਉਹ ਸੱਚਾ ਸ਼ਬਦ ਕਿਤੇ ਬਾਹਰ ਨਹੀਂ ਹੈ, ਹਰ ਇੱਕ ਦੇ ਅੱਖਾਂ ਪਿੱਛੇ ਤੁਣਕਾਰਾਂ ਦੇ ਰਿਹਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨੌ ਦਰ ਠਾਕੇ ਤਾਵਤ ਰਹਾਏ, ਦਸਵੇਂ ਨਿੱਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਨਾਮਣਿਆ। ਜਦੋਂ ਤੁਸੀਂ ਨਵਾਂ ਦੁਆਰੀਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆਵੋਗੇ, ਤੁਸੀਂ ਘਰ ਦੇ ਦਰਵਾਜ਼ੇ 'ਤੇ ਪਹੁੰਚ ਜਾਂਦੇ ਹੋ। ਉਸਦੀ ਨਿਸ਼ਾਨੀ ਕੀ ਹੈ? ਉਸ ਨੁਕਤੇ ਔਰ ਪੁਆਇੰਟ 'ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੁਣਕਾਰਾਂ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ, ਰਾਤ ਨੂੰ ਵੀ ਵੱਜਦਾ ਹੈ, ਦਿਨ ਨੂੰ ਵੀ ਵੱਜਦਾ ਹੈ, ਔਰ ਉਹ ਕਦੇ ਬੰਦ ਨਹੀਂ ਹੁੰਦਾ। ਅਸੀਂ ਸੌਂ ਜਾਂਦੇ ਹਾਂ, ਉਹ ਸ਼ਬਦ ਫਿਰ ਵੀ ਸਾਡੇ ਅੰਦਰ ਤੁਣਕਾਰਾਂ ਦਿੰਦਾ ਰਹਿੰਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ, ਬਿਨ ਸ਼ਬਦ ਦੇ ਅੰਤਰ ਅਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਨਾ ਤਾਂ ਤੁਹਾਡੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਹੋਣਾ ਹੈ, ਨਾ ਤੁਹਾਨੂੰ ਕਦੇ ਪਰਮਾਤਮਾ ਮਿਲਣਾ ਹੈ। ਸੋ ਜੋ ਕੁਛ ਮਿਲਣਾ ਹੈ ਆਪਾਂ ਨੂੰ, ਉਸ ਸ਼ਬਦ ਦੀ ਕਮਾਈ 'ਚੋਂ ਮਿਲਣਾ ਹੈ, ਜਿਸ ਦੇ ਅੰਦਰ ਧੁਨੀ ਵੀ ਹੈ, ਨਿਰਮਲ ਨਾਦ ਵੀ ਹੈ, ਆਵਾਜ਼ ਵੀ ਹੈ, ਜਿਸ ਦੇ ਅੰਦਰ ਜੋਤੀ ਵੀ ਹੈ, ਰੋਸ਼ਨੀ ਵੀ ਹੈ, ਪ੍ਰਕਾਸ਼ ਵੀ ਹੈ, ਔਰ ਉਹ ਸ਼ਬਦ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਹੈ। ਸੋ ਗੁਰੂ ਸਾਹਿਬ ਕਹਿੰਦੇ, ਮਹਾਤਮਾ ਉਸ ਸ਼ਬਦ ਦਾ ਪ੍ਰਚਾਰ ਕਰਦੇ ਹਨ, ਉਸ ਸ਼ਬਦ ਦਾ ਹੋਕਾ ਦਿੰਦੇ ਹਨ। ਏਕੋ ਅਮਰ ਏਕੋ ਪਾਤ ਸਾਹੀ, ਜੁਗ ਜੁਗ ਸਰਕਾਰ ਬਣਾਈ ਹੈ। ਸੋ ਜਨ ਨਿਰਮਲ ਜਿਨ ਆਪ ਪਛਾਤਾ, ਆਪੇ ਆਏ ਮਿਲਿਆ ਸੁਖ ਦਾਤਾ। ਸਮਝਾਉਂਦੇ ਹਨ, ਉਹ ਸ਼ਖਸ ਨਿਰਮਲ ਹਨ, ਪਿਓਰ ਹਨ, ਪਵਿੱਤਰ ਹਨ, ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਿਲ ਬਣਦੇ ਹਨ।
ਅਸੀਂ ਆਪਣੇ ਆਪ ਨੂੰ ਕਦੋਂ ਪਹਿਚਾਨਣ ਦੇ ਕਾਬਲ ਬਣਦੇ ਹਾਂ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਸਾਡੀ ਆਤਮਾ ਤੋਂ ਸਭ ਗੰਦੇ ਗੰਦੇ ਗਲਾਫ ਉਤਰ ਜਾਂਦੇ ਹਨ, ਜਦੋਂ ਸਾਡੀ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ। ਮੈਂ ਅਰਜ਼ ਕੀਤੀ ਸੀ, ਆਤਮਾ ਤਾਂ ਨਿਰਮਲ ਸੀ, ਪਿਓਰ ਸੀ, ਪਵਿੱਤਰ ਸੀ, ਕਿਉਂਕਿ ਉਸ ਪਰਮਾਤਮਾ ਦੀ ਅੰਸ਼ ਹੈ। ਲੇਕਿਨ ਮਾਇਆ ਦੇ ਜਾਲ ਵਿੱਚ ਫਸ ਕੇ ਇਸਨੇ ਮਨ ਦਾ ਸਾਥ ਲੈ ਲਿਆ। ਮਨ ਅੱਗੇ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦਾ ਆਸ਼ਿਕ ਹੈ। ਜੋ ਜੋ ਕਰਮ ਮਨ ਦੇ ਤਾਬੇ ਕਰਦੇ ਹਾਂ, ਉਹਦਾ ਨਤੀਜਾ ਸਾਥ ਸਾਥ ਸਾਡੀ ਆਤਮਾ ਨੂੰ ਭੁਗਤਣਾ ਪੈਂਦਾ ਹੈ। ਸੋ ਜਿਤਨਾ ਚਿਰ ਆਤਮਾ ਮਨ ਦਾ ਸਾਥ ਨਹੀਂ ਛੱਡਦੀ, ਨਾ ਕਦੇ ਇਹਨੂੰ ਆਪਣੇ ਆਪ ਦਾ ਪਤਾ ਲੱਗ ਸਕਦਾ ਹੈ, ਨਾ ਕਦੇ ਇਸ ਨੂੰ ਆਪਣੇ ਅਸਲ ਦਾ ਪਤਾ ਲੱਗ ਸਕਦਾ ਹੈ। ਇਸੇ ਵਾਸਤੇ ਸੋਕਰੇਟਿਸ ਨੇ ਕਿਹਾ ਸੀ, ਨੋ ਥਾਈ ਸੈਲਫ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਨੋ। ਤੁਸੀਂ ਦੇਖੋ ਆ ਬਿਜਲੀ ਦੀ ਜਿਹੜੀ ਟਿਊਬ ਹੈ, ਕਿਤਨੀ ਤੇਜ਼ ਦਾ ਰੋਸ਼ਨੀ ਹੈ। ਅਗਰ 15 ਵੀ ਕਾਲੇ ਕੱਪੜੇ ਇਸ ਦੇ ਇਰਦ ਗਿਰਦ ਲਪੇਟ ਦਈਏ, ਸਾਨੂੰ ਕੋਈ ਵੀ ਰੋਸ਼ਨੀ ਨਜ਼ਰ ਨਹੀਂ ਆਉਂਦੀ। ਕੱਪੜੇ ਲਪੇਟਣ ਨਾਲ ਟਿਊਬ ਦੀ ਰੋਸ਼ਨੀ ਕੰਮ ਨਹੀਂ ਹੋਈ, ਅਸੀਂ ਦੇਖ ਨਹੀਂ ਸਕਦੇ, ਉਸ ਤੋਂ ਫਾਇਦਾ ਨਹੀਂ ਉਠਾ ਸਕਦੇ। ਕੱਪੜੇ ਉਤਾਰਨੇ ਸ਼ੁਰੂ ਕਰ ਦਿਓ, ਰੋਸ਼ਨੀ ਵੀ ਨਿਕਲ ਆਵੇਗੀ, ਦੇਖ ਵੀ ਲਵਾਂਗੇ, ਫਾਇਦਾ ਵੀ ਉਠਾਉਣਾ ਸ਼ੁਰੂ ਕਰ ਦੇਵਾਂਗੇ। ਬੱਦਲਾਂ ਦੇ ਅੰਦਰ ਦੇਖੋ ਪਾਣੀ ਕਿਤਨਾ ਸਾਫ਼ ਸੁਥਰਾ ਹੈ, ਜਦੋਂ ਬਰਸਾਤ ਬਣ ਕੇ ਜ਼ਮੀਨ 'ਤੇ ਆ ਜਾਂਦਾ ਹੈ, ਕਿਤਨਾ ਇੰਪਿਓਰਿਟੀਜ਼ ਇਕੱਠੀਆਂ ਕਰ ਲੈਂਦਾ ਹੈ, ਗੰਦਗੀ ਬਣ ਜਾਂਦਾ ਹੈ, ਬਦਬੋ ਮਾਰਦਾ ਹੈ, ਸਟੈਗਨੇਟ ਕਰਦਾ ਹੈ, ਅਖੀਰ ਆਪਣੇ ਆਪ ਨੂੰ ਗੰਦਗੀ ਦਾ ਹਿੱਸਾ ਹੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਿਸ ਵਕਤ ਉਸਨੂੰ ਸੂਰਜ ਦੀ ਤਪਸ਼ ਔਰ ਗਰਮੀ ਮਿਲਦੀ ਹੈ, ਬੁਖਾਰਾਤ ਬਣ ਕੇ ਗੰਦਗੀ ਨੂੰ ਛੱਡਦਾ ਹੈ, ਉਹਨੂੰ ਹੋਸ਼ ਆ ਜਾਂਦੀ ਹੈ, ਇਹ ਗੰਦਗੀ ਕੋਈ ਹੋਰ ਚੀਜ਼ ਹੈ, ਮੈਂ ਕੋਈ ਹੋਰ ਚੀਜ਼ ਹਾਂ, ਮੈਂ ਐਵੇਂ ਗੰਦਗੀ ਦਾ ਸਾਥ ਲੈ ਕੇ ਗੰਦਗੀ ਬਣਿਆ ਬੈਠਾ ਸੀ। ਫਿਰ ਆਪਣੇ ਅਸਲ ਦੇ ਮੁਤਲਕ ਸੋਚਦਾ ਹੈ ਕਿ ਅਸਮਾਨ ਦੇ ਅੰਦਰ ਬੱਦਲ ਹਨ, ਸਿੱਧਾ ਜਾ ਕੇ ਬੱਦਲਾਂ ਵਿੱਚ ਹੀ ਸਮਾ ਜਾਂਦਾ ਹੈ। ਇਹ ਸਾਡੇ ਹਰ ਇੱਕ ਦੇ ਆਤਮਾ ਦੀ ਹਾਲਤ ਹੈ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਨਾਂਗੇ, ਅਸੀਂ ਪਰਮਾਤਮਾ ਨੂੰ ਪਹਿਚਾਨਣ ਦੇ ਕਾਬਲ ਕਿਸ ਤਰ੍ਹਾਂ ਹੋ ਸਕਦੇ ਹਾਂ? ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਨਣਾ ਹੈ? ਸ਼ਬਦ ਔਰ ਨਾਮ ਦੀ ਕਮਾਈ ਕਰਕੇ। ਗੁਰੂ ਸਾਹਿਬ ਕਹਿੰਦੇ, ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ, ਜਿਨ੍ਹਾਂ ਨੇ ਸ਼ਬਦ ਦੀ ਲੱਜ਼ਤ ਲੈ ਲਈ ਉਹ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਗਏ। ਕਿਹੜੀ ਚੀਜ਼ ਸਾਡੇ ਮਨ ਨੂੰ ਇੱਥੋਂ ਇੰਦਰੀਆਂ ਦੇ ਭੋਗ ਖਿੱਚਣ ਲੱਗੇ ਹੋਏ ਹਨ? ਇੰਦਰੀਆਂ ਦੇ ਭੋਗਾਂ ਦੀਆਂ ਲਸਤਾਂ ਮਨ ਨੂੰ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਾਈ ਬੈਠਾ ਹੈ। ਜਿਤਨਾ ਚਿਰ ਸਾਡੇ ਮਨ ਨੂੰ ਇੰਦਰੀਆਂ ਦੇ ਭੋਗਾਂ ਤੋਂ ਉੱਚੀ ਔਰ ਸੁੱਚੀ ਲੱਜ਼ਤ ਨਹੀਂ ਮਿਲਦੀ, ਇਹ ਇੰਦਰੀਆਂ ਦੇ ਭੋਗਾਂ ਨੂੰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਕਿਸ ਚੀਜ਼ ਦਾ ਪਿਆਰ ਹੈ, ਜਿਸ ਨੂੰ ਪਾ ਕੇ ਹੀ ਸਾਡਾ ਮਨ ਇੰਦਰੀਆਂ ਦੇ ਭੋਗਾਂ ਨੂੰ ਛੱਡਦਾ ਹੈ? ਉਹ ਸ਼ਬਦ ਦੀ ਲੱਜ਼ਤ ਹੈ, ਨਾਮ ਦੀ ਲੱਜ਼ਤ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ। ਉਹ ਨਾਮ ਅੰਮ੍ਰਿਤ ਹੈ ਔਰ ਉਸਦੀ ਲੱਜ਼ਤ ਮਿੱਠੀ ਹੈ। ਮਿੱਠੀ ਇਸ ਵਾਸਤੇ ਕਹਿੰਦੇ ਹਨ ਕਿ ਹੁਣ ਜਿਹੜੇ ਦੁਨੀਆਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਇਹ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਿਹਨੂੰ ਮਿੱਠੀ ਚੀਜ਼ ਮਿਲੇਗੀ, ਉਹਦਾ ਫਿੱਕੀ ਚੀਜ਼ ਦੀ ਤਰਫ ਕਿਆ ਧਿਆਨ ਕਿਉਂ ਜਾਂਦਾ ਹੈ? ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿੰਨ ਹੀ ਪਾਈ। ਜਿਹੜੇ ਅੰਦਰੋਂ ਉਸ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਅਸਲੀ ਗਤੀ, ਅਸਲੀ ਮਾਲਕ ਦੀ ਮਿਲਣ ਦੀ ਜਾਂਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਮਨੁਆ ਸੁਨ ਸਮਾਧ ਲਗਾਏ, ਜੋਤੀ ਜੋਤ ਮਲਾਈ। ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਕਿਆ ਸ਼ਬਦ ਔਰ ਨਾਮ ਦੀ ਕਮਾਈ ਕਰਨ ਨਾਲ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ?
ਮਨ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਆਤਮਾ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਜਦੋਂ ਆਤਮਾ ਦੇ ਉੱਤੋਂ ਗੰਦੇ ਗੰਦੇ ਗਲਾਫ ਉੱਤਰ ਜਾਂਦੇ ਹਨ, ਆਤਮਾ ਆਪਣੇ ਆਪ ਹੀ ਜਾ ਕੇ ਮਾਲਕ ਨੂੰ ਮਿਲ ਜਾਂਦੀ ਹੈ। ਜਦੋਂ ਨੀਡਲ ਤੋਂ ਵੇਟ ਉਠਾ ਲਿੱਤਾ ਜਾਂਦਾ ਹੈ, ਆਪਣੇ ਆਪ ਹੀ ਜਾ ਕੇ ਮੈਗਨੇਟ ਨੂੰ ਚਿੰਬੜ ਜਾਂਦੀ ਹੈ। ਇਸ ਵਾਸਤੇ ਇੱਥੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਤਨਾ ਚਿਰ ਤੁਸੀਂ ਆਪਣੇ ਆਪ ਨੂੰ ਨਹੀਂ ਪਹਿਚਾਣੋਗੇ, ਤੁਸੀਂ ਮਾਲਕ ਨੂੰ ਪਹਿਚਾਨਣ ਦੇ ਕਾਬਲ ਕਿਸ ਤਰ੍ਹਾਂ ਹੋ ਸਕਦੇ ਹੋ। ਸੋ ਜਨ ਨਿਰਮਲ ਜਨ ਆਪ ਪੁਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਤ ਪਾਈ ਹੈ। ਜਿਹੜੇ ਗੁਰਮੁਖ ਆਪਣੇ ਆਪ ਨੂੰ ਪਹਿਚਾਣ ਲੈਂਦੇ ਹਨ, ਉਹ ਖੁਦ ਵੀ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਨ ਔਰ ਸਾਡੇ ਅੰਦਰ ਵੀ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ। ਗੁਰੂ ਸਾਹਿਬ ਨੇ ਕਿਹਾ ਸੀ, ਪਵਿੱਤ ਪਾਵਨ ਸੇ ਜਨ ਸਾਚੇ ਇੱਕ ਸ਼ਬਦ ਲਿਵਲਾਈ। ਜਿਹੜੇ ਲੋਕ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੋੜ ਲੈਂਦੇ ਹਨ, ਖੁਦ ਤਾਂ ਪਿਓਰ ਔਰ ਪਵਿੱਤਰ ਹੋ ਹੀ ਜਾਂਦੇ ਹਨ ਔਰ ਸਾਡੇ ਖਿਆਲ ਨੂੰ ਵੀ ਸ਼ਬਦ ਔਰ ਨਾਮ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਮੁਕਤਾ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੇ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਖੋਹ ਦਿੰਦੇ ਹਨ, ਦੂਰ ਕਰ ਲੈਂਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਚਲੇ ਜਾਂਦੇ ਹਾਂ, ਉਹ ਸੰਗਤ ਵਿੱਚ ਚਲੇ ਜਾਂਦੇ ਹਾਂ, ਉਹ ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਇਸ ਵਾਸਤੇ ਆਪ ਫਰਮਾਉਂਦੇ ਹਨ, ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ, ਖੁਦ ਵੀ ਮਾਲਕ ਦੀ ਭਗਤੀ ਕਰਦੇ ਹਨ ਔਰ ਸਾਡੇ ਅੰਦਰ ਵੀ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ। ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਤ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਬਤ ਗਵਾਈ। ਸਮਝਾਉਂਦੇ ਹਨ, ਦੁਨੀਆਂ ਅੰਦਰ ਦੋ ਕਿਸਮ ਦੇ ਇਨਸਾਨ ਹਨ, ਇੱਕ ਗੁਰਮੁਖ ਲੋਕ ਹਨ, ਇੱਕ ਮਨਮੁਖ ਲੋਕ ਹਨ। ਦੋਨੋਂ ਹੀ ਉਸ ਪਰਮਾਤਮਾ ਦੇ ਬਣਾਏ ਹੋਏ ਜੀਵ ਹਨ ਔਰ ਇਹ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਚਾਹੁੰਦਾ ਹੈ ਉਹ ਗੁਰਮੁਖ ਬਣਾ ਲੈਂਦਾ ਹੈ। ਗੁਰਮੁਖ ਕੌਣ ਹਨ? ਜਿਹੜੇ ਗੁਰਮੁਖਾਂ ਕੋਲ ਆ ਕੇ ਸ਼ਬਦ ਔਰ ਨਾਮ ਦੀ ਕਮਾਈ ਵਿੱਚ ਲੱਗ ਜਾਂਦੇ ਹਨ, ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਵਾਪਸ ਜਾ ਕੇ ਮਾਲਕ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ। ਉਹਨਾਂ ਨੂੰ ਇਹ ਵਡਿਆਈ ਕਿਸ ਤਰ੍ਹਾਂ ਪ੍ਰਾਪਤ ਹੋਈ? ਸ਼ਬਦ ਦੀ ਕਮਾਈ ਕਰਨ ਦੇ ਨਾਲ, ਨਾਮ ਦੀ ਕਮਾਈ ਕਰਨ ਦੇ ਨਾਲ। ਬਾਕੀ ਜਿਹੜੇ ਦੁਨੀਆਂ ਦੇ ਜੀ ਮਨਮੁੱਖ ਆ, ਉਹ ਦੁਨੀਆਂ ਦੀ ਨਿੰਦਿਆ ਚੁਗਲੀ ਵਿੱਚ ਲੱਗੇ ਹੋਏ ਹਨ, ਵਿਸ਼ਿਆਂ ਵਕਾਰਾਂ ਵਿੱਚ ਲੱਗੇ ਹੋਏ ਹਨ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਲੱਗੇ ਹੋਏ ਹਨ।
ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸਤਿਗੁਰ ਨਾ ਸੇਵਨ ਮੂਰਖ ਅੰਧ ਗਵਾਰਾ, ਫਿਰ ਕਿੱਥੋਂ ਪਾਵਣ ਮਾਖ ਮੋਖ ਦੁਆਰਾ, ਮਰ ਮਰ ਜੰਮੇ ਜੰਮ ਜੰਮ ਮਰੇ ਜੰਮ ਦਰ ਚੋਟਾਂ ਖਾਵੜਿਆ। ਗੁਰਮੁਖਾਂ ਦੀ ਤਾਂ ਸੰਗਤ ਨਹੀਂ ਕਰਦੇ, ਸੋਭਤ ਨਹੀਂ ਕਰਦੇ, ਔਰ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਤੋਂ ਉਹਨਾਂ ਨੂੰ ਫੁਰਸਤ ਨਹੀਂ ਮਿਲਦੀ, ਫਿਰ ਮੁਕਤੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਹੈ? ਵਾਰ ਵਾਰ ਮਰਨਾ ਪੈਂਦਾ ਹੈ, ਵਾਰ ਵਾਰ ਜੰਮਣਾ ਪੈਂਦਾ ਹੈ, 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਤੀਸਰੀ ਪਾਤਸ਼ਾਹੀ ਕਹਿੰਦੇ ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਹੇ ਵਿਸ਼ਟਾ ਮਾਹੇ ਪਚਾਵਣਿਆ। ਅਸੀਂ ਦੁਨੀਆ ਦੇ ਜੀਵ ਗੰਦਗੀ ਦੇ ਕੀੜੇ ਹਾਂ, ਗੰਦਗੀ ਵਿੱਚ ਹੀ ਪੈਦਾ ਹੁੰਦੇ ਹਾਂ, ਗੰਦਗੀ ਨਾਲ ਹੀ ਪਿਆਰ ਕਰਦੇ ਹਾਂ, ਗੰਦਗੀ ਵਿੱਚ ਹੀ ਰਹਿੰਦੇ ਹਾਂ, ਗੰਦਗੀ ਹੀ ਖਾਂਦੇ ਹਾਂ, ਗੰਦਗੀ ਵਿੱਚ ਹੀ ਮਰ ਜਾਂਦੇ ਹਾਂ, ਔਰ ਗੰਦਗੀ ਵਿੱਚ ਹੀ ਫਿਰ ਪੈਦਾ ਹੋ ਜਾਂਦੇ ਹਾਂ। ਸਾਰੀ ਰਚਨਾ ਨੂੰ ਆਪ ਗੰਦਗੀ ਕਹਿ ਕੇ ਯਾਦ ਕਰਦੇ ਹਨ, ਕਿਉਂਕਿ ਇਸਨੇ ਨਾਸ਼ ਹੋ ਜਾਣਾ ਹੈ, ਇਸਨੇ ਫਨਾ ਹੋ ਜਾਣਾ ਹੈ। ਇਸ ਵਾਸਤੇ ਇੱਥੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਲੇਕਿਨ ਉਹਨਾਂ ਦੇ ਵੀ ਕੋਈ ਕਸੂਰ ਨਹੀਂ ਹੈ, ਇਹ ਸਭ ਕੁਛ ਉਸ ਮਾਲਕ ਦੇ ਹੱਥ ਵਿੱਚ ਹੈ। ਜਿੰਨਾ ਚਿਰ ਪਰਮਾਤਮਾ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਨਹੀਂ ਕਰਦਾ, ਸਾਡਾ ਕਦੇ ਵੀ ਖਿਆਲ ਉਸ ਪਰਮਾਤਮਾ ਦੀ ਭਗਤੀ ਤਰਫ ਨਹੀਂ ਜਾ ਸਕਦਾ। ਗੁਰੂ ਸਾਹਿਬ ਕਹਿੰਦੇ ਖੋਟੇ ਖਰੇ ਖੁਦ ਆਪ ਉਪਾਏ, ਆਪੇ ਪਰਖੇ ਲੋਕ ਸਭਾਏ। ਐ ਪਰਮਾਤਮਾ, ਖੋਟੇ ਵੀ ਤੂੰ ਬਣਾਏ ਹਨ, ਖਰੇ ਵੀ ਤੂੰ ਬਣਾਏ ਹਨ, ਖੋਟਿਆਂ ਅੰਦਰ ਵੀ ਤੂੰ ਬੈਠਾ ਹੈ, ਖਰਿਆਂ ਅੰਦਰ ਵੀ ਤੂੰ ਬੈਠਾ ਹੈ, ਔਰ ਤੂੰ ਆਪੇ ਹੀ ਪਰਖਣ ਬੈਠ ਗਿਆ ਹੈ। ਜਿਹਨੂੰ ਪਰਖਣਾ ਹੈ ਉਹਦੇ ਅੰਦਰ ਵੀ ਤੂੰ ਹੈ, ਪਰਖਣ ਵਾਲਾ ਵੀ ਤੂੰ ਹੈ, ਪਰਖ ਦੇ ਕਾਬਲ ਬਣਾਉਣ ਵਾਲਾ ਵੀ ਤੂੰ ਹੈ। ਲੇਕਿਨ ਹਰ ਇੱਕ ਨੂੰ ਇਨਸਾਨ ਦੇ ਜਾਮੇ ਤੋਂ ਬਾਅਦ ਪਰਖਿਆ ਜਾਵੇਗਾ। ਜਿਹੜਾ ਪਰਖ ਦੇ ਤੂੰ ਕਾਬਲ ਬਣਾ ਲੈਂਦਾ ਹੈ, ਉਹਨਾਂ ਨੂੰ ਤੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ। ਜਿਹਨੂੰ ਤੂੰ ਪਰਖ ਦੇ ਕਾਬਲ ਨਹੀਂ ਬਣਾਉਂਦਾ, ਉਹ ਹੈ ਵਾਪਸ ਇਸੇ 84 ਦੇ ਚੱਕਰ ਵਿੱਚ ਆ ਜਾਂਦਾ ਹੈ। ਜਿਨ ਕੋ ਨਜ਼ਰ ਪਏ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ। ਤੂੰ ਪਰਖ ਦੇ ਕਾਬਲ ਕਿਸ ਤਰ੍ਹਾਂ ਬਣਾਉਂਦਾ ਹੈ, ਉਹਨਾਂ ਨੂੰ ਤੂੰ ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਦਿੰਦਾ ਹੈ। ਜਦੋਂ ਮਾਲਕ ਦੇ ਭਾਣੇ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਦੇ ਹਨ, ਨਾਮ ਦੀ ਕਮਾਈ ਕਰਦੇ ਹਨ, ਉਹ ਤੇਰੀ ਪਰਖ ਦੇ ਕਾਬਲ ਹੋ ਜਾਂਦੇ ਹਨ, ਫਿਰ ਤੂੰ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ। ਜੋ ਕੁਛ ਕਰਦਾ ਹੈ ਉਹ ਪਰਮਾਤਮਾ ਖੁਦ ਕਰਦਾ ਹੈ। ਜਿਸ ਜੀਵ ਨੂੰ ਇੱਥੋਂ ਕੱਢਣਾ ਚਾਹੁੰਦਾ ਹੈ, ਗੁਰਮੁਖਾਂ ਦੇ ਜ਼ਰੀਏ ਉਹਦੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਨਾਮ ਦੇ ਨਾਲ ਜੋੜ ਦਿੰਦਾ ਹੈ। ਗੁਰਮੁਖ ਨਾਮ ਮਿਲੇ ਵਡਿਆਈ, ਮਨਮੁਖ ਨਿੰਦਕ ਪਤ ਗਵਾਈ। ਨਾਮ ਰਤੇ ਪਰਮਹੰਸ ਬੈਰਾਗੀ, ਨਿਜ ਘਰ ਤਾੜੀ ਲਾਈ ਹੈ। ਆਮ ਲੋਕਾਂ ਦਾ ਖਿਆਲ ਹੈ ਕਿ ਮਾਲਕ ਦੀ ਭਗਤੀ ਕਰਨ ਵਾਸਤੇ ਸਾਨੂੰ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਛੁੱਟ ਕੇ ਬੈਠਣਾ ਪੈਂਦਾ ਹੈ। ਲੇਕਿਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਅਸੀਂ ਕਾਰੋਬਾਰ ਵਿੱਚ ਰਹਿੰਦੇ ਹੋਏ ਵੀ ਪਰਮਹੰਸ ਬੈਰਾਗੀ ਬਣ ਜਾਂਦੇ ਹਾਂ। ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ। ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈੜਾਂ ਵਿੱਚ ਨਹੀਂ ਲਿਬੜਨਾ। ਜਦ ਕਦੋਂ ਅਸੀਂ ਪਰਮਹੰਸ ਬੈਰਾਗੀ ਬਣਦੇ ਹਾਂ, ਸ਼ਬਦ ਔਰ ਨਾਮ ਦੀ ਕਮਾਈ ਕਰਕੇ ਜਦੋਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਅਸੀਂ ਘਰ ਬਾਰ ਬੈਠੇ ਹੀ ਪਰਮਹੰਸ ਬੈਰਾਗੀ ਬਣ ਜਾਂਦੇ ਹਾਂ। ਪਰਮਹੰਸ ਬੈਰਾਗੀ ਕਿਹਨਾਂ ਨੂੰ ਕਹਿੰਦੇ ਹਨ? ਜਿਹੜੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚ ਹੋ ਜਾਂਦੇ ਹਨ, ਜਿਨ੍ਹਾਂ ਦੇ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ।
ਇਸ ਵਾਸਤੇ ਸਮਝਾਉਂਦੇ ਹਨ ਕਿ ਪੁੱਤਰਾਂ ਧੀਆਂ ਨੂੰ ਤਿਆਗਣ ਦੇ ਨਾਲ, ਕੱਪੜੇ ਰੰਗਣ ਦੇ ਨਾਲ, ਜੰਗਲਾਂ ਪਹਾੜਾਂ ਵਿੱਚ ਛੁਪ ਕੇ ਰਹਿਣ ਦੇ ਨਾਲ ਤੁਸੀਂ ਕਦੇ ਵੀ ਪਰਮਹੰਸ ਵੈਰਾਗੀ ਨਹੀਂ ਬਣ ਸਕਦੇ। ਅਗਰ ਤੁਸੀਂ ਪਰਮਹੰਸ ਵੈਰਾਗੀ ਬਣਨਾ ਹੈ, ਬੇਸ਼ੱਕ ਘਰ ਬਾਰ ਵਿੱਚ ਰਹੋ, ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ, ਤੁਹਾਡੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਪੈਦਾ ਹੋ ਜਾਵੇਗਾ, ਸੱਚਾ ਪਿਆਰ ਔਰ ਸੱਚਾ ਪ੍ਰੇਮ ਪੈਦਾ ਹੋ ਜਾਵੇਗਾ। ਨਾਮ ਰਤੇ ਪਰਮਹੰਸ ਬੈਰਾਗੀ, ਨਿਜ ਘਰ ਤਾੜੀ ਲਾਈ ਹੈ, ਸ਼ਬਦ ਮਰੈ ਸੋਈ ਜਨ ਸੂਰਾ, ਸਤਿਗੁਰ ਆਖ ਆਪ ਫਰਮਾਉਂਦੇ ਹਨ ਸਾਡੇ ਬਹਾਦਰ ਸਤਿਗੁਰ ਨੇ ਸਾਨੂੰ ਤਾਂ ਇਹੋ ਹੀ ਉਪਦੇਸ਼ ਦਿੱਤਾ ਹੈ, ਜਿਹੜਾ ਉੱਠਦਾ ਬੈਠਦਾ ਚੱਲਦਾ ਫਿਰਦਾ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਲੈਂਦਾ ਹੈ ਉਹ ਪੂਰਾ ਹੋ ਜਾਂਦਾ ਹੈ, ਪੂਰਨ ਹੋ ਜਾਂਦਾ ਹੈ, ਮਾਲਕ ਦੇ ਮਿਲਣ ਦੇ ਕਾਬਲ ਬਣ ਜਾਂਦਾ ਹੈ ਔਰ ਵਾਪਸ ਜਾ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਨਾ ਪੁੱਤਰਾਂ ਧੀਆਂ ਨੂੰ ਤਿਆਗਣ ਦੀ ਲੋੜ ਹੈ, ਨਾ ਕੌਮ ਬਦਲਣ ਦੀ ਲੋੜ ਹੈ, ਨਾ ਮਜ਼ਹਬ ਬਦਲਣ ਦੀ ਲੋੜ ਹੈ। ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਗੁਰੂ ਸਾਹਿਬ ਨੇ ਕਿਹਾ ਸੀ, ਜੈਸੀ ਜਨਮੇ ਕਮਲ ਨਰਾਲਮ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ, ਜਦੋਂ ਉੱਡਦੀ ਹੈ ਖੁਸ਼ਕ ਪਾਣੀ ਖੁਸ਼ਕ ਪਰਾਂ ਨਾਲ ਉੱਡ ਜਾਂਦੀ ਹੈ। ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਦੇ ਵਿੱਚ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ। ਇਸੇ ਤਰ੍ਹਾਂ ਅਸੀਂ ਸੁਰਤ ਸ਼ਬਦ ਦਾ ਅਭਿਆਸ ਕਰਦੇ ਹੋਏ, ਅਸੀਂ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰਦੇ ਹੋਏ ਖੁਸ਼ਕ ਪਰਾਂ ਨਾਲ ਇਸ ਦੁਨੀਆਂ 'ਚ ਉੱਡ ਜਾਣਾ ਹੈ। ਲੈਣੇ ਦੇਣੇ ਦਾ ਵੀ ਹਿਸਾਬ ਖਤਮ ਕਰਨਾ ਹੈ ਔਰ ਇੱਥੇ ਬੈਠ ਕੇ ਆਪਣਾ ਵੀ ਕੁਛ ਬਣਾਉਣਾ ਹੈ। ਤੁਸ ਹਜ਼ੂਰ ਫਰਮਾਇਆ ਕਰਦੇ ਸਨ, ਅਗਰ ਇੱਕ ਸ਼ਹਿਦ ਦੀ ਮੱਖੀ ਸ਼ਹਿਦ ਦੇ ਕਿਨਾਰੇ 'ਤੇ ਬੈਠਦੀ ਹੈ, ਸ਼ਹਿਦ ਦੀ ਲੱਜ਼ਤ ਵੀ ਖਾ ਜਾਵੇਗੀ, ਖੁਸ਼ਕ ਪਰਾਂ ਨਾਲ ਉੱਡ ਵੀ ਜਾਵੇਗੀ। ਸ਼ਹਿਦ ਦੇ ਵਿੱਚ ਧੱਸ ਜਾਵੇ, ਲੱਜ਼ਤ ਵੀ ਕੀ ਖਾਣੀ ਹੈ, ਪਰ ਲਿਬੜ ਜਾਂਦੇ ਹਨ, ਤੜਫ ਤੜਫ ਕੇ ਉਹਦੀ ਜਾਨ ਨਿਕਲ ਜਾਂਦੀ ਹੈ। ਸੋ ਇਸ ਵਾਸਤੇ ਅਸੀਂ ਦੁਨੀਆਂ ਦਾ ਵੀ ਹਿਸਾਬ ਕਿਤਾਬ ਖਤਮ ਕਰਨਾ ਹੈ ਔਰ ਆਪਣਾ ਵੀ ਇੱਥੇ ਕੁਛ ਬਣਾ ਕੇ ਜਾਣਾ ਹੈ। ਸ਼ਬਦ ਮਰੈ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੈ ਸੁਪਾਈ। ਗੁਰੂ ਸਾਹਿਬ ਕਹਿੰਦੇ ਉਹ ਸਾਚਾ ਅੰਮ੍ਰਿਤ ਦਾ ਸਰੋਵਰ ਸਾਡੇ ਸਾਰਿਆਂ ਦੇ ਸਰੀਰ ਦੇ ਅੰਦਰ ਹੈ, ਜਿੱਥੇ ਕਊਆ ਜਹਾਂਦਾ ਹੈ ਨਹਾ ਕੇ ਹੰਸ ਬਣ ਕੇ ਨਿਕਲ ਆਉਂਦਾ ਹੈ। ਅਸੀਂ ਮਨਮੁੱਖ ਲੋਕ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ, ਬਾਹਰ ਕੋਈ ਐਸਾ ਅੰਮ੍ਰਿਤ ਦਾ ਸਰੋਵਰ ਨਹੀਂ ਹੈ ਜਿੱਥੇ ਕਾਂ ਨਹਾਉਂਦਾ ਹੈ ਹੰਸ ਬਣ ਕੇ ਆ ਜਾਂਦਾ ਹੈ। ਬਾਹਰ ਦਾ ਪਾਣੀ ਕਿਤਨਾ ਵੀ ਪਿਓਰ ਔਰ ਪਵਿੱਤਰ ਕਿਉਂ ਨਾ ਹੋਵੇ, ਸਾਡੇ ਜਿਸਮ ਦੀ ਮੈਲ ਉਤਾਰ ਸਕਦਾ ਹੈ, ਲੇਕਿਨ ਇਹ ਜਿਹੜੀ ਪਾਪਾਂ ਦੀ ਮੈਲ ਹੈ, ਗੁਰੂ ਸਾਹਿਬ ਕਹਿੰਦੇ ਧੋਵੇ ਕੇ ਰੰਗ। ਸੋ ਜੋ ਕੁਛ ਮਿਲਣਾ ਹੈ
ਹੈ ਉਹ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਅਸੀਂ ਬਾਹਰ ਵੀ ਅੰਮ੍ਰਿਤਸਰ ਦੀ ਇੱਜ਼ਤ ਕਰਦੇ ਹਾਂ, ਚੌਥੀ ਪਾਤਸ਼ਾਹੀ ਨੇ ਬੁਨਿਆਦ ਰੱਖੀ ਹੈ, ਪੰਜਵੀਂ ਪਾਤਸ਼ਾਹੀ ਨੇ ਪੂਰਾ ਕੀਤਾ ਹੈ, ਲੇਕਿਨ ਇਹ ਤੀਸਰੀ ਪਾਤਸ਼ਾਹੀ ਦੀ ਬਾਣੀ ਹੈ ਜਿਹੜੇ ਉਸ ਅੰਮ੍ਰਿਤ ਦਾ ਜ਼ਿਕਰ ਕਰਦੇ ਹਨ। ਉਹ ਅੰਮ੍ਰਿਤਸਰ ਸਾਡੇ ਸਰੀਰ ਦੇ ਅੰਦਰ ਹੈ, ਪਹਿਲੀ ਪਾਤਸ਼ਾਹੀ ਦਾ ਵੀ ਅੰਮ੍ਰਿਤਸਰ ਦਾ ਬਾਣੀ ਵੀ ਜ਼ਿਕਰ ਆਉਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਇਹ ਸਰੀਰ ਸਰੋਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਏ, ਨਾਮ ਇਸ਼ਨਾਨ ਸੇਜਨ ਨਿਰਮਲ ਸ਼ਬਦੇ ਮੈਲ ਗਵਾਏ। ਤੁਹਾਡੇ ਸਰੀਰ ਤੋਂ ਵੱਡਾ ਤੁਹਾਨੂੰ ਦੁਨੀਆਂ ਅੰਦਰ ਹੋਰ ਕੋਈ ਸਰੋਵਰ ਨਹੀਂ ਮਿਲਣਾ, ਇਹਦੇ ਅੰਦਰ ਵੜ ਕੇ ਇਸ਼ਨਾਨ ਕਰੋ ਅਗਰ ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਕਿਹੜਾ ਇਸ਼ਨਾਨ ਕਰਨਾ ਹੈ? ਸ਼ਬਦ ਦਾ ਇਸ਼ਨਾਨ ਕਰੋ, ਨਾਮ ਦਾ ਇਸ਼ਨਾਨ ਕਰੋ। ਜਿਸ ਚੀਜ਼ ਨੇ ਕਰਮਾਂ ਦੀ ਮੈਲ ਉਤਾਰਨੀ ਹੈ, ਜਿਸ ਚੀਜ਼ ਨੇ ਆਤਮਾ ਨੂੰ ਨਿਰਮਲ ਪਿਓਰ ਔਰ ਪਵਿੱਤਰ ਕਰਨਾ ਹੈ, ਉਹ ਬਾਹਰ ਦਾ ਪਾਣੀ ਕਦੇ ਨਹੀਂ ਹੋ ਸਕਦਾ, ਉਹ ਸ਼ਬਦ ਦੀ ਕਮਾਈ ਹੈ, ਉਹ ਨਾਮ ਦੀ ਕਮਾਈ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਉਹ ਅੰਮ੍ਰਿਤ ਦਾ ਸਰੋਵਰ ਜਿੱਥੇ ਅਸੀਂ ਲੋਕ ਮਨਮੁੱਖ ਲੋਕ ਜਾਂਦੇ ਹਾਂ ਨਹਾ ਕੇ ਗੁਰਮੁਖ ਬਣ ਕੇ ਆ ਜਾਂਦੇ ਹਾਂ, ਜਿੱਥੇ ਸਾਡੇ ਸਾਰਿਆਂ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਉਹ ਅੰਮ੍ਰਿਤ ਦਾ ਸਰੋਵਰ ਸਾਡੇ ਹਰ ਇੱਕ ਦੇ ਸਰੀਰ ਦੇ ਅੰਦਰ ਹੈ। ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੈ ਪਾਏ ਸੁਪਾਈ ਹੈ ਪੜ ਪੰਡਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸ਼ਾਤ ਨਾ ਆਈ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਹਰ ਕਿਸਮ ਦੇ ਵਹਿਮਾਂ ਭਰਮਾਂ 'ਚੋਂ ਸਾਡੇ ਖਿਆਲ ਨੂੰ ਕੱਢਣਾ ਚਾਹੁੰਦੀ ਹੈ। ਤੁਸੀਂ ਦੇਖੋ, ਜਦੋਂ ਸਰਜਨ ਇੱਕ ਓਪਰੇਸ਼ਨ ਕਰਦਾ ਹੈ, ਉਹ ਬਿਮਾਰ ਦੇ ਰੋਣ ਦਾ ਜ਼ਿਆਦਾ ਖਿਆਲ ਨਹੀਂ ਕਰਦਾ, ਅੱਛੀ ਤਰ੍ਹਾਂ ਚਾਕੂ ਦੇ ਨਾਲ ਖੁਰਚ ਖੁਰਚ ਕੇ ਜ਼ਖਮ ਨੂੰ ਸਾਫ਼ ਕਰਦਾ ਹੈ, ਜ਼ਰਾ ਵੀ ਪਸ ਨਾ ਰਹਿ ਜਾਏ, ਪਿੱਛੋਂ ਸੈਪਟਿਕ ਨਾ ਬਣ ਜਾਵੇ। ਗੁਰੂ ਨਾਨਕ ਸਾਹਿਬ ਨਹੀਂ ਚਾਹੁੰਦੇ ਸਾਡਾ ਮਨ ਕਿਸੇ ਵਹਿਮ ਭਰਮ ਵਿੱਚ ਰਹਿ ਜਾਵੇ, ਕਿਸੇ ਬਾਹਰਮੁਖੀ ਕਰਮ ਕਾਂਡ ਵਿੱਚ ਫਸਿਆ ਰਹਿ ਜਾਵੇ। ਇਤਨੇ ਕੀਮਤੀ ਇਨਸਾਨ ਦੇ ਜਾਮੇ ਨੂੰ ਅਸੀਂ ਵਹਿਮਾਂ ਵਿੱਚ ਫਸ ਕੇ ਜ਼ਾਇਆ ਕਰਕੇ ਚਲੇ ਜਾਈਏ। ਇਸ ਵਾਸਤੇ ਪੜ੍ਹਨ ਪੜ੍ਹਾਉਣ ਦੀ ਤਰਫ ਆਉਂਦੇ ਹਨ। ਬਹੁਤ ਲੋਕਾਂ ਦਾ ਖਿਆਲ ਹੈ ਕਿ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਦੇ ਪੜ੍ਹਨ ਪੜ੍ਹਾਉਣ ਦੇ ਵਿੱਚ ਮੁਕਤੀ ਹੈ। ਇਸ ਵਾਸਤੇ ਆਪ ਕਹਿੰਦੇ, ਪੜ ਪੜ ਪੰਡਿਤ ਔਰਾਂ ਸਮਝਾਏ ਕਰ ਜਲ ਤੇ ਕਿ ਖਬਰ ਨਾ ਪਾਏ। ਪੰਡਿਤ ਜਾਂ ਭਾਈ ਲੋਕ ਦੁਨੀਆਂ ਨੂੰ ਪੜ ਪੜ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੀ ਆਪਣੇ ਘਰ ਅੱਗ ਲੱਗੀ ਹੋਈ ਹੈ, ਨਾ ਉਸ ਅੱਗ ਦਾ ਪਤਾ ਹੈ, ਨਾ ਉਸ ਅੱਗ ਨੂੰ ਕੋਈ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਡਾ ਹਿਰਦਾ ਕਾਮ ਕ੍ਰੋਧ ਮੋਹ ਹੰਕਾਰ ਨਾਲ ਸੜ ਰਿਹਾ ਹੈ, ਲੋਕਾਂ 'ਤੇ ਪਰਉਪਕਾਰੀ ਕਰਨ ਲੱਗੇ ਹੋਏ ਹਾਂ, ਆਪਣਾ ਘਰ ਲੁੱਟਿਆ ਜਾ ਰਿਹਾ ਹੈ, ਲੋਕਾਂ ਦੇ ਘਰਾਂ ਦੀ ਚੌਕੀਦਾਰੀ ਕਰਦੇ ਹਾਂ, ਔਰ ਆਪਣਾ ਬੋਝਾ ਸਾਥੋਂ ਉਠਾ ਨਹੀਂ ਹੁੰਦਾ, ਪਰਾਏ ਗਧੇ ਬਣੇ ਬੈਠੇ ਹਾਂ। ਗੁਰੂ ਸਾਹਿਬ ਕਹਿੰਦੇ, ਪੜ ਪੜ ਥੱਕ ਕੇ ਸ਼ਾਂਤ ਨਾ ਆਏ ਬਿਨ ਸਤਿਗੁਰ ਕੋਈ ਨਾਮ ਨਾ ਪਾਏ। ਤੁਸੀਂ ਪੜ ਪੜ ਕੇ ਥੱਕ ਜਾਵੋ, ਚੂਰ ਹੋ ਜਾਵੋ, ਦਿਨ ਰਾਤ ਪੜ੍ਹਦੇ ਰਹੋ, ਤੁਹਾਡੇ ਮਨ ਵਿੱਚ ਸੁੱਖ ਔਰ ਸ਼ਾਂਤੀ ਗੁਰੂ ਸਾਹਿਬ ਕਹਿੰਦੇ ਨਹੀਂ ਆਏਗੀ ਜਿੰਨਾ ਚਿਰ ਤੁਸੀਂ ਸ਼ਬਦ ਦੀ ਕਮਾਈ ਨਹੀਂ ਕਰੋਗੇ, ਨਾਮ ਦੀ ਕਮਾਈ ਨਹੀਂ ਕਰੋਗੇ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਆਰਜਾ, ਪੜ੍ਹੀਏ ਜੇਤੇ ਸਵਾਸ, ਨਾਨਕ ਲਿਖ ਇੱਕ ਗੱਲ ਹੋਰ ਹਉਮੈ ਚੱਖਣ ਚਾਹ।
ਤੁਸੀਂ ਸਾਰੀ ਜ਼ਿੰਦਗੀ ਪੜ੍ਹੋ, ਸਵਾਸ ਸਵਾਸ ਨਾਲ ਪੜ੍ਹੋ, ਦਿਨ ਰਾਤ ਪੜ੍ਹੋ, ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲਿਖੀ ਜਾਣੀ ਹੈ ਜਿਹੜੀ ਸੁਰਤ ਤੁਹਾਡੇ ਅੰਦਰ ਸ਼ਬਦ ਨੂੰ ਪਕੜਦੀ ਹੈ, ਨਹੀਂ ਤਾਂ ਖਾਕ ਛਾਨਣ ਵਾਲੀ ਗੱਲ ਹੈ, ਪਾਣੀ ਵਿੱਚ ਮਧਾਣੀ ਪਾ ਕੇ ਬਹਿ ਜੋ, ਜੋ ਕੁਛ ਨਹੀਂ ਨਿਕਲਣਾ। ਇਹ ਨਾ ਭਾਵ ਲਹੋ ਕਿ ਅਸੀਂ ਪੜ੍ਹਨਾ ਛੱਡ ਦੇਣਾ ਹੈ, ਪੜ੍ਹਨਾ ਹੈ, ਸੋਚ ਕੇ ਪੜ੍ਹਨਾ ਹੈ, ਸਮਝ ਕੇ ਪੜ੍ਹਨਾ ਹੈ। ਪੜ੍ਹਨ ਤੋਂ ਬਾਅਦ ਸਾਡਾ ਫਰਜ਼ ਖਤਮ ਨਹੀਂ ਹੁੰਦਾ, ਜੋ ਕੁਛ ਪੜ੍ਹਿਆ ਹੈ ਉਹਦੇ 'ਤੇ ਅਮਲ ਵੀ ਕਰਨਾ ਹੈ। ਸੋ ਜੋ ਕੁਛ ਮਿਲਣਾ ਹੈ ਉਹ ਅਮਲ ਕਰਨ ਨਾਲ ਮਿਲਣਾ ਹੈ, ਪੜ੍ਹਨ ਨਾਲ ਕੇਵਲ ਕੁਛ ਨਹੀਂ ਮਿਲਣਾ। ਬਿਨ ਸਤ ਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸ਼ਾਤ ਨਾ ਆਈ ਹੈ। ਇੱਕ ਭਸਮ ਲਗਾਏ ਫਿਰੇ ਭੇਖ ਤਾਰੀ, ਬਿਨ ਸ਼ਬਦੇ ਹਉ ਮੈਂ ਕਿਨ ਮਾਰੀ। ਅਨ ਦਿਨ ਜਲਤ ਰਹੇ ਦਿਨ ਰਾਤੀ, ਪਰਮ ਵੇਖ ਪਰਮਾਈ ਹੈ। ਹੁਣ ਮੁਕਾਬਲਾ ਕਰਕੇ ਦੱਸਦੇ ਹਨ, ਪਿੱਛੇ ਸਮਝਾਇਆ ਸੀ, ਇੱਕ ਤਾਂ ਉਹ ਲੋਕ ਹਨ ਜਿਹੜੇ ਘਰ ਬਾਰ ਵਿੱਚ ਰਹਿੰਦੇ ਹਨ, ਲੈਣੇ ਦੇਣੇ ਦਾ ਹਿਸਾਬ ਖਤਮ ਕਰਦੇ ਹਨ, ਉੱਠਦੇ ਬੈਠਦੇ ਨਾਮ ਦੀ ਕਮਾਈ ਕਰਦੇ ਹਨ, ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਹਨ, ਪਰਮਹੰਸ ਬੈਰਾਗੀ ਬਣੇ ਬੈਠੇ ਹਨ। ਹੁਣ ਪੇਖਾਂ ਦਾ ਹਾਲ ਕਰਦੇ ਹਨ, ਉਹ ਪੁੱਤਰਾਂ ਧੀਆਂ ਨੂੰ ਵੀ ਤਿਆਗ ਦਿੰਦੇ ਹਨ, ਘਰ ਬਾਰ ਵੀ ਛੱਡ ਦਿੰਦੇ ਹਨ, ਕੋਈ ਕੰਨ ਪੜਵਾ ਲੈਂਦਾ ਹੈ, ਕੋਈ ਜਟਾਂ ਰੱਖ ਲੈਂਦਾ ਹੈ, ਕੋਈ ਜਿਸਮ 'ਤੇ ਪਬੂਤ ਲਗਾ ਲੈਂਦਾ ਹੈ, ਕੋਈ ਪਗਵੇਂ ਪਾ ਲੈਂਦਾ ਹੈ, ਕੋਈ ਹੋਰ ਕਈ ਕਿਸਮ ਦੇ ਕਰਮ ਕਾਂਡ ਕਰਨਾ ਸ਼ੁਰੂ ਕਰ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਕੀ ਹੈ? ਉਹ ਸਾਡੇ ਮਨ ਵਿੱਚ ਖਾਹਿਸ਼ਾਂ ਹਨ, ਉਹ ਸਾਡੇ ਮਨ ਵਿੱਚ ਤ੍ਰਿਸ਼ਨਾ ਹਨ, ਉਹ ਮਨ ਦਾ ਮਾਇਆ ਦਾ ਮੋਹ ਹੈ, ਉਹ ਮਨ ਦਾ ਪਿਆਰ ਹੈ। ਬਿਨ ਸ਼ਬਦ ਹਉਮੈ ਕਿਨ ਮਾਰੀ, ਗੁਰੂ ਸਾਹਿਬ ਚੈਲੰਜ ਕਰਦੇ ਹਨ, ਸ਼ਬਦ ਔਰ ਨਾਮ ਦੀ ਕਮਾਈ ਕਰਨ ਨਾਲ ਕੁਛ ਕਰ ਲਓ, ਤੁਹਾਡੇ ਅੰਦਰੋਂ ਮਾਇਆ ਦਾ ਮੋਹ ਨਹੀਂ ਨਿਕਲ ਸਕਦਾ, ਮਾਇਆ ਦਾ ਪਿਆਰ ਨਹੀਂ ਨਿਕਲ ਸਕਦਾ। ਲੋਕਾਂ ਨੂੰ ਵਹਿਮ ਹੈ ਕਿ ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਕੋਈ ਬਹੁਤਾ ਸ਼ੌਕ ਪੈਦਾ ਜਾਂਦਾ ਹੋ, ਸਾਡੇ ਅੰਦਰ ਕੋਈ ਬਹੁਤਾ ਪਿਆਰ ਪੈਦਾ ਹੋ ਜਾਂਦਾ ਹੈ, ਕਿਉਂਕਿ ਜਿਹੜੀਆਂ ਸਾਡੀਆਂ ਜ਼ਿੰਦਗੀ ਦੀਆਂ ਜ਼ਰੂਰੀਆਤ ਹਨ ਉਹ ਉੱਥੇ ਵੀ ਸਾਡੇ ਨਾਲ ਚਲੇ ਜਾਂਦੀਆਂ ਹਨ। ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ? ਪੇਟ ਨੂੰ ਖਾਣੇ ਦੀ ਜ਼ਰੂਰਤ ਪੈਂਦੀ ਹੈ, ਜਿਸਮ ਟਕਣ ਨੂੰ ਕੱਪੜੇ ਦੀ ਜ਼ਰੂਰਤ ਪੈਂਦੀ ਹੈ, ਸਿਰ 'ਤੇ ਕਿਸੇ ਨਾ ਕਿਸੇ ਛੱਤ ਦੀ ਜ਼ਰੂਰਤ ਪੈਂਦੀ ਹੈ। ਇਹ ਤਿੰਨ ਐਸੀਆਂ ਨਸੈਸਿਟੀਜ਼ ਆਫ ਲਾਈਫ ਹਨ, ਕਿਤਨਾ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਵੋ, ਉੱਥੇ ਵੀ ਸਾਡਾ ਇਹਨਾਂ ਨੇ ਸਾਥ ਨਹੀਂ ਛੱਡਣਾ। ਪੇਟ ਉੱਥੇ ਵੀ ਖਾਣਾ ਮੰਗਦਾ ਹੈ, ਲੋਕਾਂ ਅੱਗੇ ਹੱਥ ਫੈਲਾ ਫੈਲਾ ਕੇ ਪੇਟ ਭਰਨਾ ਪੈਂਦਾ ਹੈ, ਦਸਾਂ ਨੌਹਾਂ ਦੀ ਕਮਾਈ ਛੱਡੀ, ਬਾਲ ਬੱਚਿਆਂ ਦਾ ਖਾਣਾ ਛੱਡ ਗਿਆ, ਮੰਗ ਮੰਗ ਕੇ ਪੇਟ ਭਰਿਆ, ਪੇਟ ਨੇ ਲਿਹਾਜ਼ ਨਾ ਕੀਤਾ, ਚਿੱਟੇ ਉਤਾਰ ਦਿੱਤੇ, ਪਗਵੇਂ ਪਾ ਲਏ, ਨੀਲੇ ਪਾ ਲਏ, ਕੱਪੜੇ ਦੀ ਤਾਂ ਫਿਰ ਵੀ ਲੋੜ ਪਈ, ਆਪਣੇ ਘਰ ਦਾ ਸੁੱਖ ਔਰ ਆਰਾਮ ਛੱਡਿਆ, ਕੋਈ ਗੁਰਦੁਆਰੇ ਅੰਦਰ ਗਏ, ਮੰਦਰ ਅੰਦਰ ਗਏ, ਕਿਸੇ ਆਸ਼ਰਮ ਅੰਦਰ ਗਏ, ਕੁੱਲੀ ਬਣਾਈ, ਗਾਰ ਖੋਦੀ ਸਿਰ 'ਤੇ, ਫਿਰ ਵੀ ਛੱਤ ਦੀ ਜ਼ਰੂਰਤ, ਛੁੱਟਦੀ ਕਿਹੜੀ ਚੀਜ਼ ਹੈ? ਉਲਟੇ ਅਪਾਹਜ ਬਣ ਕੇ ਸੋਸਾਇਟੀ 'ਤੇ ਬੋਝ ਬਣ ਕੇ ਬੈਠ ਜਾਂਦੇ ਹਾਂ।
ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਘਰ ਬਾਰ ਛੱਡਣ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਅੰਦਰੋਂ ਮਾਇਆ ਦਾ ਮੋਹ ਕੱਢੋ, ਆਪਣੇ ਅੰਦਰੋਂ ਮਾਇਆ ਦਾ ਪਿਆਰ ਕੱਢੋ, ਸ਼ਬਦ ਦੇ ਨਾਲ ਖਿਆਲ ਜੋੜੋ, ਨਾਮ ਦੇ ਨਾਲ ਖਿਆਲ ਜੋੜੋ, ਤੁਹਾਡਾ ਮਨ ਲੱਜ਼ਤ ਦਾ ਆਸ਼ਿਕ ਹੈ। ਜੈਸੇ ਜੈਸੇ ਤੁਹਾਨੂੰ ਅੰਦਰੋਂ ਸ਼ਬਦ ਔਰ ਨਾਮ ਦੀ ਲੱਜ਼ਤ ਆਉਂਦੀ ਜਾਵੇਗੀ, ਤੁਹਾਡੇ ਅੰਦਰ ਮਾਲਕ ਦਾ ਇਸ਼ਕ ਔਰ ਪ੍ਰੇਮ ਔਰ ਪਿਆਰ ਵੱਧਦਾ ਜਾਵੇਗਾ, ਵੈਸੇ ਵੈਸੇ ਤੁਹਾਡਾ ਦੁਨੀਆਂ 'ਚੋਂ ਮੋਹ ਔਰ ਦੁਨੀਆਂ 'ਚੋਂ ਪਿਆਰ ਨਿਕਲਦਾ ਜਾਵੇਗਾ। ਆਨ ਦਿਨ ਜਲਤ ਰਹੇ ਦਿਨ ਰਾਤੀ ਪਰਮ ਪੇਖ ਪਰਮਾਈ ਹੈ ਇੱਕ ਗ੍ਰਹਿ ਕੁਟੁੰਬ ਮੈਂ ਸਦਾ ਉਦਾਸੀ ਸ਼ਬਦ ਮੂਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹੇ ਰੰਗ ਰਾਤੇ ਪੈ ਪਾਏ ਭਗਤ ਚੇਤ ਲਾਈ ਹੈ। ਇੱਕ ਉਹ ਲੋਕ ਹਨ ਜਿਹੜੇ ਗ੍ਰਿਸਤ ਵਿੱਚ ਰਹਿੰਦੇ ਹਨ, ਪੁੱਤਰਾਂ ਧੀਆਂ ਦੇ ਵਿੱਚ ਰਹਿੰਦੇ ਹਨ, ਲੇਕਿਨ ਉਹਨਾਂ ਦੇ ਅੰਦਰ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ, ਸੱਚਾ ਪਿਆਰ ਹੈ, ਮਾਲਕ ਦਾ ਭੈ ਹੈ, ਮਾਲਕ ਦਾ ਡਰ ਹੈ, ਡਰਦੇ ਹਨ ਕੋਈ ਐਸਾ ਕਰਮ ਨਾ ਕਰ ਬੈਠੀਏ ਸਾਥੋਂ ਮਾਲਕ ਨਾਰਾਜ਼ ਹੋ ਜਾਵੇ। ਮਾਲਕ ਦੀ ਖਿਲਕਤ ਦੀ ਸੇਵਾ ਕਰਦੇ ਹਨ, ਉਹ ਕੰਮ ਕਰਦੇ ਹਨ ਜਿਸ ਦੇ ਨਾਲ ਮਾਲਕ ਦੀ ਖੁਸ਼ੀ ਹਾਸਲ ਕਰ ਸਕਣ, ਐਸੇ ਕੰਮ ਨਹੀਂ ਕਰਦੇ ਜਿਸ ਦੇ ਨਾਲ ਮਾਲਕ ਦੀ ਉਹਨਾਂ ਨੂੰ ਨਾਰਾਜ਼ਗੀ ਪ੍ਰਾਪਤ ਹੋਵੇ। ਗੁਰੂ ਸਾਹਿਬ ਕਹਿੰਦੇ ਉਹ ਮਾਲਕ ਦੇ ਕਿਉਂਕਿ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਹਨ। ਅਨ ਦਿਨ ਸਦਾ ਰਹੇ ਰੰਗ ਰਾਤੇ ਪੈ ਪਾਏ ਭਗਤ ਚੇਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਬੇਗੁੱਤਾ ਅੰਤਰ ਲੋਭ ਭੌਂਕੈ ਜੈਸੇ ਕੁੱਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛੋਤਾਈ ਹੈ। ਆਪ ਮਨਮੁੱਖਾਂ ਦੀ ਅਵਸਥਾ ਬਿਆਨ ਕਰਦੇ ਹਨ, ਉਹ ਬਹਿਸ ਮਬਾਸੇ ਵਿੱਚ ਲੱਗੇ ਹੋਏ ਹਨ, ਆਪਣੇ ਆਪ ਨੂੰ ਬੜਾ ਸਮਝੀ ਬੈਠੇ ਹਨ, ਲੋਕਾਂ ਨੂੰ ਛੋਟਾ ਸਮਝੀ ਬੈਠੇ ਹਨ, ਲੋਕਾਂ ਦੀ ਨਿੰਦਿਆ ਚੁਗਲੀ ਕਰਨ ਲੱਗੇ ਹੋਏ ਹਨ, ਔਰ ਅੰਦਰ ਉਹਨਾਂ ਦੇ ਲੋਭ ਰੂਪੀ ਕੁੱਤਾ ਭੌਂਕਣ ਲੱਗਾ ਹੋਇਆ ਹੈ। ਜੋ ਮਰਜ਼ੀ ਪਰਮਾਤਮਾ ਉਹਨਾਂ ਨੂੰ ਦੇ ਦੇਵੇ, ਉਹਨਾਂ ਦੇ ਮਨ ਵਿੱਚ ਕਦੇ ਸਬਰ ਨਹੀਂ ਆਇਆ, ਉਹਨਾਂ ਦੇ ਮਨ ਵਿੱਚ ਕਦੇ ਸੰਤੋਖ ਨਹੀਂ ਆਇਆ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਮੌਤ ਦੇ ਵੇਲੇ ਧਰਮਰਾਜ ਦੇ ਜਮਦੂਤ ਆ ਜਾਂਦੇ ਹਨ, ਕੰਨੋਂ ਪਕੜ ਕੇ ਲੈ ਜਾਂਦੇ ਹਨ। ਜਿੱਥੇ ਪਰਮਾਤਮਾ ਮਰਾਸਤ ਸਮਝਦਾ ਹੈ, ਉੱਥੇ ਉਹਨਾਂ ਨੂੰ ਜਨਮ ਲੈਣਾ ਪੈਂਦਾ ਹੈ। ਇੱਕ ਦੇਹ ਦੀਆਂ ਬੰਧਨਾਂ ਤੋਂ ਰੋ ਪਿੱਟ ਕੇ ਉਹਨਾਂ ਦਾ ਛੁਟਕਾਰਾ ਹੋਇਆ ਸੀ, ਦੂਸਰਾ ਸਰੀਰ ਫਿਰ ਉਹਨਾਂ ਵਾਸਤੇ ਤਿਆਰ ਕਰ ਦਿੱਤਾ ਜਾਂਦਾ ਹੈ, ਉਹਦੇ ਵਿੱਚ ਪਿੱਛੋਂ ਆਉਂਦੇ ਹਨ, ਮੌਤ ਫਿਰ ਮੌਤ ਅੱਖਾਂ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ, ਔਰ ਮੌਤ ਦਾ ਛੁਟਕਾਰਾ ਕਰਦੇ ਨਹੀਂ, ਫਿਰ ਸਰੀਰ ਉਹਨਾਂ ਵਾਸਤੇ ਤਿਆਰ ਕੀਤਾ ਜਾਂਦਾ ਹੈ। 10 ਨੰਬਰੀਆਂ ਵਾਂਗੂ ਹੱਥਕੜੀ ਉਹਨਾਂ ਨੂੰ ਹਮੇਸ਼ਾ ਲੱਗੀ ਹੀ ਰਹਿੰਦੀ ਹੈ। ਜਮ ਕਾਲ ਤਿਸ ਕਦੇ ਨਾ
ਛੋੜੈ ਅੰਤ ਗਿਆ ਪਛੋਤਾਈ ਹੈ। ਸੱਚਾ ਸ਼ਬਦ ਸੱਚੀ ਪਤ ਹੋਈ, ਬਿਨ ਨਾਮੈ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਮ ਨਾ ਪਾਏ। ਪ੍ਰਭ ਐਸੀ ਬਣਤ ਬਣਾਈ ਹੈ। ਆਪ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਾਰੀ ਫਿਲਾਸਫੀ ਨੂੰ ਬਲਕਿ ਸਭ ਸੰਤਾਂ ਮਹਾਤਮਾ ਦੇ ਉਪਦੇਸ਼ ਨੂੰ ਇੱਕੋ ਤੁੱਕ ਵਿੱਚ ਬੜੇ ਖੂਬਸੂਰਤ ਤਰੀਕੇ ਨਾਲ ਬੰਦ ਕਰ ਦਿੰਦੇ ਹਨ ਕਿ ਸੱਚੇ ਸ਼ਬਦ ਸੱਚੀ ਪਤ ਹੋਈ, ਸੱਚੇ ਸ਼ਬਦ ਦੀ ਕਮਾਈ ਕਰਕੇ ਸੱਚੀ ਇੱਜ਼ਤ ਕੇ ਮਾਲਕ ਦੇ ਮਿਲਣ ਦਾ ਫਖਰ ਹਾਸਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਕੋਈ ਸਾਧਨ ਨਹੀਂ ਹੈ ਕਿ ਤੁਸੀਂ ਕਿਸੇ ਹਾਲਤ ਅੰਦਰ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰ ਸਕੋ। ਔਰ ਜਦੋਂ ਵੀ ਤੁਸੀਂ ਨਾਮ ਦੀ ਕਮਾਈ ਕਰੋਗੇ, ਗੁਰਮੁਖਾਂ ਦੇ ਜ਼ਰੀਏ ਕਰੋਗੇ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਕਰੋਗੇ, ਕੀ ਜ਼ਰੂਰਤ ਹੈ ਸਾਧੂ ਸੰਤਾਂ ਮਹਾਤਮਾ ਕੋਲ ਜਾਣ ਦੀ? ਬਥੇਰੇ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਮਹਾਤਮਾ ਨੇ ਲਿਖੇ ਹੋਏ ਹਨ, ਬਥੇਰੇ ਮਹਾਤਮਾ ਸਤਸੰਗ ਕਰਦੇ ਹਨ, ਲੇਕਿਨ ਗੁਰੂ ਸਾਹਿਬ ਕਹਿੰਦੇ ਪ੍ਰਭ ਐਸੀ ਬਣਤ ਬਣਾਈ ਹੈ, ਮਾਲਕ ਨੇ ਆਪਣੇ ਮਿਲਣ ਦਾ ਕੁਦਰਤੀ ਕਾਨੂੰਨ ਰੱਖਿਆ ਹੋਇਆ ਹੈ, ਜਿਤਨਾ ਚਿਰ ਉਸ ਪਰਮਾਤਮਾ ਦੇ ਕੁਦਰਤੀ ਕਾਨੂੰਨ ਦੇ ਮੁਤਾਬਕ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਦੇ ਕਿਸੇ ਹਾਲਤ ਅੰਦਰ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਜੋ ਕੁਛ ਕਰਦਾ ਹੈ ਉਹ ਪਰਮਾਤਮਾ ਖੁਦ ਕਰਦਾ ਹੈ। ਜਿਸ ਜੀਵ ਨੂੰ ਇਸ ਰਚਨਾ ਚੋਂ ਕੱਢਣਾ ਚਾਹੁੰਦਾ ਹੈ, ਗੁਰਮੁਖਾਂ ਦੇ ਜ਼ਰੀਏ ਉਸਦੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਨਾਮ ਦੇ ਨਾਲ ਜੋੜ ਦਿੰਦਾ ਹੈ। ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹਨ, ਜੋ ਕੁਛ ਮਿਲਣਾ ਹੈ ਉਹ ਨਾਮ ਦੀ ਕਮਾਈ ਦੇ ਜ਼ਰੀਏ ਮਿਲਣਾ ਹੈ। ਜਦੋਂ ਵੀ ਨਾਮ ਦੀ ਕਮਾਈ ਕਰ ਸਕਾਂਗੇ, ਗੁਰਮੁਖਾਂ ਦੇ ਜ਼ਰੀਏ ਕਰ ਸਕਾਂਗੇ। ਜਦੋਂ ਵੀ ਐਸੇ ਕਿਸੇ ਗੁਰਮੁਖ ਦੀ ਸੰਗਤ ਔਰ ਸੋਭਤ ਪ੍ਰਾਪਤ ਹੋਵੇਗੀ, ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਤੋਂ ਹੀ ਪ੍ਰਾਪਤ ਹੋ ਸਕਦੀ ਹੈ। ਬਿਨ ਸਤਿਗੁਰ ਕੋ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਇੱਕ ਸਿੱਧ ਸਾਧਿਕ ਬਹੁਤ ਵਿਚਾਰੀ, ਇੱਕ ਐਨ ਸਨਾਮ ਰਤੇ ਨਿਰੰਕਾਰੀ, ਜਿਸ ਨੂੰ ਆਪ ਮਿਲਾਏ ਸੋ ਬੂਝੈ, ਭਗਤ ਪਾਏ ਪਾਉ ਜਾਈ ਹੈ। ਇਸ਼ਨਾਨ ਦਾਨ ਕਰੇ ਨਹੀਂ ਬੂਝੇ, ਇੱਕ ਮਨੁਆ ਮਾਰ ਮਨੈ ਸਿਓ ਲੂਝੈ। ਸਾਚੇ ਸ਼ਬਦ ਰਤੇ ਇੱਕ ਰੰਗੀ, ਸਾਚੇ ਸ਼ਬਦ
ਮਿਲਾਈ ਹੈ ਆਪੇ ਸਿਰਜੇ ਦੇ ਵਡਿਆਈ ਆਪੇ ਪਾਣੇ ਦੇ ਮਿਲਾਈ ਆਪੇ ਨਦਰ ਕਰੇ ਮਨ ਬਸਿਆ ਮੇਰੇ ਪ੍ਰਭ ਇਉਂ ਫੁਰਮਾਈ ਹੈ ਸਤਿਗੁਰ ਸੇਵੇ ਸੇ ਜਨ ਸਾਚੇ ਮਨ ਮੁਖ ਸੇਵਨਾ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਪਾਵੈ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰਾ ਭਾਗ ਗੁਰ ਸ਼ਬਦ ਪੁਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹੋ ਮੈਂ ਮਾਇਆ ਮੈਲ ਕਮਾਇਆ ਮਰ ਮਰ ਜੰਮੇ ਦੂਜੇ ਪਾਇਆ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵ ਲਾਈ ਹੈ ਜੋ ਤਿਸ ਪਾਵੇ ਸੋਈ ਕਰਸੀ ਆਪ ਹੋਆ ਨਾ ਕਿਛ ਹੋਸੀ ਨਾਨਕ ਨਾਮ ਮਿਲੇ ਵਡਿਆਈ ਦਰ ਸਾਚੈ ਪਤ ਪਾਈ ਹੈ ਨਾਨਕ ਨਾਮ ਮਿਲੇ ਵਡਿਆਈ ਦਰ ਸਾਚੈ ਪਤ ਪਾਈ ਹੈ।